ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਤੇ ਗੱਲਬਾਤ ਕਰਨੀ ਹੈ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਕੁਝ ਵੀ 24 ਘੰਟੇ ਵਿੱਚ ਵਾਪਰਿਆ ਹੁੰਦਾ ਤੁਹਾਡੇ ਸਾਹਮਣੇ ਰੱਖੀਏ ਚਾਹੇ ਉਹ ਰਾਜਨੀਤਿਕ ਖਬਰਾਂ ਹੁੰਦੀਆਂ ਨੇ ਜਾਂ ਫਿਰ ਸਮਾਜਿਕ ਮੁੱਦੇ ਇੱਕ ਇੱਕ ਕਰਕੇ ਉਹਨਾਂ ਤੇ ਗੱਲਬਾਤ ਕਰੀਦੀ ਹੈ ਤੇ ਰਾਜਨੀਤੀ ਵਿੱਚ ਤਾਂ ਬਹੁਤ ਕੁਝ ਵਾਪਰ ਰਿਹਾ ਹੈ ਹਰ ਰੋਜ਼ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਹੈ ਖਾਸ ਕਰਕੇ ਇੱਕ ਦੂਸਰੇ ਦੇ ਉੱਪਰ ਦੋਸ਼ ਲਗਾਉਣ ਦਾ ਸਿਲਸਲਾ ਜੋ ਲੱਗਦਾ ਹੈ ਅਜੇ ਤੱਕ ਮੱਠਾ ਨਹੀਂ ਪੈ ਸਕਤਾ ਉਹ ਇਸ ਕਰਕੇ ਕਿ 2024 ਦੀਆਂ ਚੋਣਾਂ ਨਸਤੀਕਾਰੀਆਂ ਨੇ ਤੇ ਸਿਆਸਤਦਾਨਾਂ ਨੇ ਸਰਗਰਮੀਆਂ ਵੀ ਤੇਜ਼ ਕਰ ਦਿੱਤੀਆਂ ਨੇ ਇੱਕ ਪਾਸੇ ਬਜਟ ਦਾ اجلاس ਸ਼ੁਰੂ ਹੋਇਆ ਹੈ ਸਰਤ ਰੁੱਤ ਦਾ ਤੇ ਦੂਸਰੇ ਪਾਸੇ ਬਹੁਤ ਸਾਰੇ ਮੁੱਦੇ ਐ ਜਿਹੜੇ ਦੇਸ਼ ਦੀ ਸਰਕਾਰ ਕੇਂਦਰ ਸਰਕਾਰ ਦੇ ਮੂਰੇ ਪਹਾੜ ਬਣ ਕੇ ਖੜੇ ਨੇ ਹੁਣ ਇਹ ਪਹਾੜ ਬੌਨੇ ਹੋ ਜਾਣਗੇ ਜਾਂ ਫਿਰ ਮੁੱਦੇ ਇਹ ਤਾਂ ਸਮਾਂ ਦੱਸੇਗਾ ਗੱਲ ਇੱਥੇ ਵੀ ਕਰਾਂਗੇ ਗੱਲਬਾਤ ਅਮਰੂਦਾਂ ਦੇ ਉਸ ਕਪਲੇ ਦੀ ਵੀ ਕਰਨੀ ਹੈ ਜਿਨ੍ਹਾਂ ਨੇ ਸਿਰਾ ਇਸ ਕਰਕੇ ਵੀ ਲਗਾ ਦਿੱਤਾ ਸੀ ਕਿ 1 ਏਕੜ ਵਿੱਚ 132 ਕਬੂਟੇ ਲੱਗਦੇ ਸੀ ਤੇ ਇਹਨਾਂ ਨੇ ਕਪਲੇ ਦੀ ਖਾਤਰ 2500 ਵੀ ਲਗਾ ਦਿੱਤਾ ਕਾਗਜ਼ਾਂ ਦੇ ਵਿੱਚ ਲੱਤਾ ਹੋਣਾ ਕਪਲਾ ਵੀ ਵੱਡਾ ਹੀ ਸੀ ਇਸ ਮਾਮਲੇ 'ਚ ਗ੍ਰਿਫਤਾਰੀਆਂ ਹੋਈਆਂ ਨੇ ਗੱਲ EVM ਦੀ ਵੀ ਕਰਨੀ ਹੈ ਕਿਉਂਕਿ ਇਸ ਵਾਰ ਫਿਰ ਤੋਂ ਰੌਲਾ ਪੈਣਾ ਸ਼ੁਰੂ ਹੋ ਚੁੱਕਿਆ ਹੈ ਕੁਸ਼ਕ ਕੇਂਦਰ ਦੇ ਉੱਚ ਅਧਿਕਾਰੀਆਂ ਨੇ ਇਸ ਬਾਬਤ ਆਵਾਜ਼ ਚੁੱਕੀ ਹੈ ਤੇ ਉਹ ਗੱਲ ਕਿੱਧਰ ਨੂੰ ਜਾਂਦੀ ਹੈ ਉੱਤੇ ਵੀ ਚਰਚਾ ਕਰਦੇ ਹਾਂ ਤੇ ਗੱਲਬਾਤ ਅਰਵਿੰਦ ਕੇਜਰੀਵਾਲ ਹੁਰਾਂ ਦੀ ਵੀ ਕਰਨੀ ਹੈ ਕਿਉਂਕਿ ਇੱਕ ਵਾਰ ਫਿਰ ਤੋਂ ਏਡੀ ਨੇ ਸੰਮਣ ਜਾਰੀ ਕਰ ਦਿੱਤਾ ਹੈ ਜੇਕਰ ਅਸੀਂ ਗੱਲ ਕਰ ਰਹੇ ਸੀ ਸਰਦ ਰੁੱਤ ਇਜਲਾਸ ਦੀ ਤਾਂ ਵੀ ਸ਼ੁਰੂਆਤ ਉੱਥੇ ਕਰਦੇ ਹਾਂ ਕੇਂਦਰ ਸਰਕਾਰ ਜਿਹੜੀ ਅੰਮ੍ਰਿਤਕਾਲ ਦੀ ਗੱਲ ਕਹਿ ਰਹੀ ਹੈ ਜਿਹੜੇ ਅੱਗੇ ਵੱਲ ਵਧਦੀ ਜਾ ਰਹੀ ਹੈ ਜਿਹੜੇ ਦਾਅਵੇ ਕਰਦੇ ਪਏ ਨੇ ਕਿ ਸਾਡੀ ਅਰਥ ਵਿਵਸਥਾ 5 ਟ੍ਰਿਲੀਅਨ ਦੀ ਹੋ ਜਾਵੇਗੀ ਤੇ ਹੌਲੀ ਹੌਲੀ ਆਉਂਦੇ ਸਮੇਂ 'ਚ ਅਸੀਂ ਬਹੁਤ ਸਾਰੀਆਂ ਨੌਕਰੀਆਂ ਵੀ ਪੈਦਾ ਕਰਾਂਗੇ ਤੇ ਜੇਕਰ ਇਹ ਨੌਕਰੀਆਂ ਨੌਜਵਾਨਾਂ ਨੂੰ ਮਿਲਦੀਆਂ ਨੇ ਤੇ ਰੋਜ਼ਗਾਰ ਦੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਬੇਰੋਜ਼ਗਾਰੀ ਖਤਮ ਹੋ ਸਕਦੀ ਹੈ। ਅੱਜ ਦੇ ਸਮੇਂ ਵਿੱਚ ਕਾਂਗਰਸ ਪਾਰਟੀ ਜਾਂ ਹੋਰ ਇਕਾਦੁੱਕਾ ਰਾਜਨੀਤਿਕ ਪਾਰਟੀ ਹੀ ਇਸ ਮਸਲੇ ਵੱਲ ਧਿਆਨ ਦੇ ਰਹੀ ਹੈ। ਬਹੁਤੀਆਂ ਰਾਜਨੀਤਿਕ ਪਾਰਟੀਆਂ ਲਈ ਇਹ ਮੁੱਦੇ ਬਾਉਣੇ ਨੇ। ਜਦੋਂ ਵੀ ਕਿਸੇ ਵੀ ਮੁਲਕ ਦੇ ਵਿੱਚ ਧਰਮ ਦੀ ਗੱਲ ਜ਼ਿਆਦਾ ਹੋਣ ਲੱਪੇ ਤਾਂ ਇਸ ਤਰ੍ਹਾਂ ਦੇ ਮੁੱਦੇ ਅਕਸਰ ਬਾਉਣੇ ਹੋ ਜਾਂਦੇ ਨੇ। 2 ਕਰੋੜ ਨੌਕਰੀਆਂ ਦਾ ਵਾਅਦਾ ਦੇਣ ਦੀ ਗੱਲ ਜਦੋਂ ਵੀ ਚੱਲੀ ਹੈ ਤੇ ਅੱਜ ਤੱਕ ਕਿੰਨੀਆਂ ਨੌਕਰੀਆਂ ਜਾਰੀ ਕੀਤੀਆਂ ਗਈਆਂ ਨੇ ਭਾਵੇਂ ਕੋਈ ਇਸ ਬਾਰੇ ਖੁੱਲ ਕੇ ਬੋਲਦਾ ਨਹੀਂ ਕੋਈ ਪ੍ਰੈਸ ਕਾਨਫਰੰਸ ਕਰਦਾ ਨਹੀਂ ਕੋਈ ਦੱਸਦਾ ਨਹੀਂ ਤੇ ਦੂਸਰੇ ਪਾਸੇ ਜਦੋਂ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਹੈ ਤੇ ਹੁਬ ਹੁਬ ਕੇ ਉੱਥੇ ਸਿਆਸਤਦਾਨ ਅੱਪੜਦੇ ਨੇ ਤੇ ਇੱਕ ਦੂਸਰੇ ਨੂੰ ਲੈ ਕੇ ਜਦੋਂ ਬਿਆਨਬਾਜ਼ੀ ਹੁੰਦੀ ਹੈ ਤੇ ਜਦੋਂ ਫਿਰ ਧਰਮ ਦੇ ਆਧਾਰ ਤੇ ਕਿਸੇ ਧਰਮ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇੱਕ ਧਰਮ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਵੇਲੇ ਧਾਰਮਿਕ ਰੰਗਤ ਵਿੱਚ ਰੰਗੇ ਹੋਏ ਲੋਕ ਇਹਨਾਂ ਛੋਟੇ-ਛੋਟੇ ਜਿਹੜੇ ਮੁੱਦੇ ਜਿਹੜੇ ਕਦੀ ਵੱਡੇ ਵਣਦੇ ਆ ਉਹ ਫਿਰ ਉਹਨਾਂ ਨੂੰ ਛੋਟੇ ਲੱਗਣ ਲੱਗ ਪੰਦੇ ਨੇ। ਪਰ ਨੌਕਰੀ ਦਾ ਮੁੱਦਾ ਛੋਟਾ ਨਹੀਂ, ਬੇਰੋਜ਼ਗਾਰੀ ਦਾ ਮੁੱਦਾ ਛੋਟਾ ਨਹੀਂ। ਰੋਜ਼ਗਾਰ ਦੇ ਮੌਕੇ ਪੈਦਾ ਨਹੀਂ ਕੀਤੇ ਜਾ ਰਹੇ ਇਹ ਗੱਲ ਛੋਟੀ ਨਹੀਂ। ਇਸ ਵੇਲੇ ਬਹੁਤ ਕੋ ਸ਼ੋਰ ਹੈ। ਜਦੋਂ ਅਸੀਂ ਰੋਜ਼ਗਾਰ ਦੀ ਗੱਲ ਕਰਦੇ ਆ ਜਾਂ ਬਜਟ ਦੀ ਗੱਲ ਕਰਦੇ ਆ ਇਸ ਵੇਲੇ ਕਿਹਾ ਜਾ ਰਿਹਾ ਹੈ ਕਿ ਤੇਜ਼ ਘੋੜੇ ਤੇ ਰਫ਼ਤਾਰ ਅਰਥ ਵਿਵਸਥਾ ਬਿਲਕੁਲ ਅੱਗੇ ਵੱਲ ਵਧ ਰਹੀ ਐ ਅਸੀਂ ਕਹਿੰਨੇ ਵਧਣੀ ਚਾਹੀਦੀ ਐ ਵਿਸ਼ਵ ਦੇ ਪੰਜ ਦੇਸ਼ਾਂ ਵਿੱਚ ਜੇਕਰ ਸਾਡੀ ਅਰਥ ਵਿਵਸਥਾ ਆਣ ਖੜੀ ਐ ਤੇ ਅਸੀਂ ਤੇ ਇਹ ਵੀ ਕਹਿੰਨੇ ਆ ਕਿ ਭਾਈ ਇਹ ਪਹਿਲੇ ਨੰਬਰ ਤੇ ਵੀ ਆਵੇ ਪਰ ਚੁਣੌਤੀਆਂ ਬਹੁਤ ਨੇ ਸਰਕਾਰ ਕਹਿ ਰਹੀ ਐ 2047 ਤੱਕ ਇਹ ਵੀ ਅੰਕੜਾ ਪੂਰਾ ਹੋ ਜਾਣਾ ਕਦੋਂ ਹੁੰਦਾ ਕਦੋਂ ਨਹੀਂ ਹੁੰਦਾ ਅਸੀਂ ਇੱਧਰ ਨਹੀਂ ਜਾਣੇ ਪਰ ਅਰਥ ਵਿਵਸਥਾ ਦੀ ਜਦੋਂ ਗੱਲ ਹੁੰਦੀ ਐ ਜਦੋਂ ਨੌਕਰੀਆਂ ਦੀ ਗੱਲ ਹੁੰਦੀ ਐ ਇੱਕ ਪਾਸੇ ਬਜਟ ਆਉਂਦੇ ਦਿਨਾਂ ਨੂੰ ਆ ਜਾਣਾ ਇੱਕ ਦੋ ਦਿਨ ਦੇ ਵਿੱਚ ਸਾਰਾ ਕੁਝ ਸਪਸ਼ਟ ਹੋ ਜਾਣਾ ਕਿ ਸੈਕਟਰ ਵਿੱਚ ਕਿੰਨਾ ਪੈਸਾ ਦੇਣਾ ਸਿੱਖਿਆ ਲਈ ਕਿੰਨਾ ਬਜਟ ਰੱਖਿਆ ਹੈ ਲਈ ਕਿੰਨਾ ਬਜਟ ਰੱਖਿਆ ਹਰ ਸਾਲ ਇਹ ਬਜਟ ਜਦੋਂ ਪੇਸ਼ ਹੁੰਦਾ ਤਾਂ ਬਹੁਤ ਸਾਰੇ ਲੋਕਾਂ ਦੀਆਂ ਖਾਸ ਕਰਕੇ ਟੈਕਸ ਦੇਣ ਵਾਲਿਆਂ ਦੀਆਂ ਨਿਗਾਹਾਂ ਉਹਦੇ ਉੱਪਰ ਟਿਕੀਆਂ ਹੁੰਦੀਆਂ ਨੇ ਲੈ ਵਧਾਉਣੀ ਹੈ ਘਟਾਉਣੀ ਹੈ ਟੈਕਸ ਦੀ ਇਹ ਤਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਹੀ ਐਲਾਨ ਕਰਨਗੇ ਪਰ ਉਸ ਤੋਂ ਪਹਿਲਾਂ ਜਦੋਂ ਨੌਕਰੀਆਂ ਦੀ ਗੱਲ ਆਉਂਦੀ ਹੈ ਤਾਂ ਅੱਜ ਇੱਕ ਮੁੱਦਾ ਜੋ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਹਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਉਹ ਬਿਹਾਰ ਤੋਂ ਉੱਠ ਰਿਹਾ ਹੈ ਨੌਕਰੀਆਂ ਦੀ ਗੱਲ ਹਰ ਸੂਬੇ ਵਿੱਚ ਹੁੰਦੀ ਹੈ ਪੰਜਾਬ ਦੀ ਗੱਲ ਹੋਵੇ ਪੰਜਾਬ ਦੇ ਵਿੱਚ ਵੀ ਸਿਆਸਤਦਾਨ ਕਹਿੰਦੇ ਸੀ ਨੌਕਰੀਆਂ ਦੇ ਰਹੇ ਆ ਨੌਕਰੀਆਂ ਦਿੱਤੀਆਂ ਅੰਕੜੇ ਵੀ ਕਿਸੇ ਵੇਲੇ ਉਹਨਾਂ ਦੇ ਲੱਗਦੇ ਹੁੰਦੇ ਆ ਕਿ ਇਹ ਦਾਵਾ ਡੋਲ ਜਿਹੇ ਨੇ ਪਰ ਨਹੀਂ ਸਰਕਾਰਾਂ ਕਹਿੰਦੀ ਅਸੀਂ ਨੌਕਰੀਆਂ ਦਿੱਤੀਆਂ ਮੰਨ ਲੰਦੇ ਆ ਭਾਈ ਦਿੱਤੀਆਂ ਦੂਜੇ ਸੂਬਿਆਂ ਦੇ ਵਿੱਚੋਂ ਜਦੋਂ ਆਵਾਜ਼ ਉੱਠ ਰਹੀ ਇਸ ਵੇਲੇ ਕਿ ਰੋਜ਼ਗਾਰ ਨੂੰ ਅੱਗੇ ਵੱਲ ਤੋਰਿਆ ਜਾਵੇ ਤੇ ਬਿਹਾਰ ਤੋਂ ਖਬਰ ਆਈ ਹੈ ਉੱਥੇ ਕੁਝ ਨੌਜਵਾਨਾਂ ਨੇ ਨੌਕਰੀਆਂ ਦੇ ਲਈ ਅੰਦੋਲਨ ਸ਼ੁਰੂ ਕੀਤਾ ਅੰਦੋਲਨ ਕਿਉਂ ਸ਼ੁਰੂ ਕਰਨਾ ਪਿਆ ਉਹਨਾਂ ਨੂੰ ਰੇਲਵੇ ਦੇ ਵਿੱਚ ਭਰਤੀਆਂ ਖੁੱਲੀਆਂ ਹੁਣ ਭਰਤੀ ਖੁੱਲੀ ਹੈ ਉਹਨਾਂ ਤੋਂ ਹੱਬ ਕੇ ਤਿਆਰੀ ਕਰਨੀ ਚਾਹੀਦੀ ਸੀ ਪਰ ਸੜਕਾਂ ਤੇ ਕਿਉਂ ਆ ਗਏ ਸੜਕਾਂ ਤੇ ਇਸ ਕਰਕੇ ਆਏ ਹੈ ਵਿਦਿਆਰਥੀ ਕਹਿ ਰਹੇ ਨੇ ਕਿ 2018 ਤੋਂ ਬਾਅਦ ਵੈਕੈਂਸੀਆਂ ਹੁਣ ਖੁੱਲੀਆਂ ਜਿਹੜੀ ਸਰਕਾਰ ਜਿਹੜੇ ਸਰਕਾਰ ਦੇ ਮੰਤਰੀ ਜਿਹੜੇ ਨੁਮਾਇंदे ਪਾਰਲੀਮੈਂਟ ਵਿੱਚ ਖੜੇ ਹੋ ਕੇ ਇਹ ਗੱਲ ਕਹਿੰਦੇ ਸੀ ਕਿ ਅਸੀਂ ਨੌਕਰੀਆਂ ਦਵਾਂਗੇ ਲੱਖਾਂ ਦੀ ਗਿਣਤੀ ਵਿੱਚ ਸਾਡੇ ਕੋਲ ਰੇਲਵੇ ਵਿਭਾਗ ਚ ਵੈਕੈਂਸੀਆਂ ਖਾਲੀ ਪੀਆਂ 2.5 ਲੱਖ ਤੋਂ ਵੱਧ ਵੈਕੈਂਸੀਆਂ ਖਾਲੀ ਐ ਤੇ ਵੈਕੈਂਸੀਆਂ ਕੱਟੀਆਂ ਕਿੰਨੀਆਂ 5500 ਕੁਸ਼ ਵੈਕੈਂਸੀਆਂ ਹੁਣ ਇੱਕ ਪਾਸੇ 2.5 ਲੱਖ ਪਦ ਖਾਲੀ ਤੇ ਉਧਰਲੇ ਪਾਸੇ 5500 ਸਿਰਫ ਨੌਕਰੀਆਂ ਜਾਰੀ ਕੀਤੀਆਂ ਵਿਦਿਆਰਥੀ ਕਿਉਂ ਨਾ ਵਿਰੋਧ ਪ੍ਰਦਰਸ਼ਨ ਕਰਨ ਰੇਲਵੇ ਲਈ ਡਰਾਈਵਰਾਂ ਦੀ ਲੋੜ ਐ ਉਹਦੀ ਭਰਤੀ ਖੁੱਲੀ ਐ ਹੁਣ ਦੱਸਿਆ ਜਾ ਰਿਹਾ ਹੈ ਕਿ 1 April 2021 ਵਿੱਚ 293000 ਵੈਕੈਂਸੀ ਖਾਲੀ 1 April 2022 ਵਿੱਚ 3 ਲੱਖ ਤੋਂ ਵੱਧ ਵੈਕੈਂਸੀਆਂ ਖਾਲੀ 1 July 2023 ਵਿੱਚ 263000 ਵੈਕੈਂਸੀਆਂ ਖਾਲੀ ਇਹ ਭਰਨੀਆਂ ਕਿਹਨੇ ਸਰਕਾਰ ਨੇ ਭਰਨੀਆਂ ਪਰ ਸਰਕਾਰ ਦੇ ਵੱਡੇ ਵੱਡੇ ਅਹੁਦਿਆਂ ਦੇ ਵਿੱਚ ਵੀ ਤਾਂ ਵੈਕੈਂਸੀਆਂ ਖਾਲੀ ਐ सीबीआई ਤੋਂ ਲੈ ਕੇ ਹੋਰ ਵੀ ਕਈ ਵਿਭਾਗ ਇਸ ਤਰ੍ਹਾਂ ਦੇ ਐ ਜਿਹਦੇ ਵਿੱਚ ਨੌਕਰੀ ਨਹੀਂ ਦਿੱਤੀ ਜਾ ਰਹੀ 1 April 2014 ਤੋਂ 30 ਜੂਨ 2023 ਤੱਕ 9 ਸਾਲ ਵਿੱਚ 486000 ਉਮੀਦਵਾਰਾਂ ਨੂੰ ਇਹਨਾਂ ਨੇ ਸੂਚੀਬੱਧ ਕੀਤਾ ਇਹਨਾਂ ਨੇ ਵਿੱਚੋਂ ਨੌਕਰੀਆਂ ਵੀ ਜਿਹੜੀਆਂ ਸੀਗੀਆਂ ਜੁਆਇਨਿੰਗ ਕੀਤੀਆਂ ਕਈਆਂ ਨੇ ਪਰ ਕਈ ਥਾਵਾਂ ਤੇ ਅੜਿੱਕੇ ਵੀ ਪੈ ਕੇ ਦੀ ਕਿਸੇ ਸੂਬੇ ਦੇ ਵਿੱਚ ਹਾਈ ਕੋਰਟ ਤੇ ਅੜਿੱਕਾ ਪੈ ਗਿਆ ਕਦੀ ਕਿਤੇ ਪੈ ਗਿਆ ਉਹ ਵੱਖਰੇ ਨੇ ਪਰ ਵਿਦਿਆਰਥੀ ਸਾਲਾਂ ਤੋਂ ਪੜ੍ਹਾਈ ਕਰ ਰਹੇ ਆ ਕੋਈ 3 ਸਾਲ ਤੋਂ ਪੜ੍ਹਾਈ ਕਰ ਰਿਹਾ ਕੋਈ 4 ਸਾਲ ਤੋਂ ਪੜ੍ਹਾਈ ਕਰ ਰਿਹਾ ਹੈ ਕੋਸ਼ਕ ਵਿਦਿਆਰਥੀ ਕਹਿ ਰਹੇ ਨੇ ਕਿ 2018 ਤੋਂ ਬਾਅਦ ਨੌਕਰੀ ਨਹੀਂ ਕੱਢੀ ਜੇਕਰ ਕੱਢੀ ਆ ਤਾਂ ਵੈਕੈਂਸੀਆਂ ਇੰਨੀਆਂ ਘੱਟ ਐ ਅਸੀਂ ਕਰਾਂ ਕੀ ਕਰਨਾ ਕੀ ਹੈ ਹੁਣ ਜਾਂ ਤਾਂ ਇੰਤਜ਼ਾਰ ਹੈ ਜਾਂ ਫਿਰ ਵਿਰੋਧ ਹੋ ਜਤਾਈ ਰਹੇ ਹਰ ਇੱਕ ਲੋਕਤੰਤਰ ਵਿੱਚ ਹਰ ਇੱਕ ਦਾ ਅਧਿਕਾਰ ਹੈ ਕਿ ਉਹ ਵਿਰੋਧ ਪ੍ਰਦਰਸ਼ਨ ਕਰ ਸਕਦਾ ਹੈ ਪਰ ਨੌਕਰੀਆਂ ਦੀ ਜਦੋਂ ਗੱਲ ਆਉਂਦੀ ਹੈ ਤੇ ਨੌਕਰੀਆਂ ਲੈਣ ਲਈ ਵੀ ਇਸ ਵੇਲੇ ਉਹਨਾਂ ਨੂੰ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਵਿਦਿਆਰਥੀ ਕਹਿ ਰਹੇ ਨੇ ਕਿ ਅਸੀਂ ਪਟਨਾ ਪਹੁੰਚਦੇ ਹਾਂ 1 ਲੱਖ ਤੋਂ ਲੈ ਕੇ 1.5 ਲੱਖ ਰੁਪਿਆ ਖਰਚਾ ਸਾਡਾ ਸਾਲ ਦਾ ਆ ਜਾਂਦਾ ਸਿਰਫ ਇਸ ਟੈਸਟ ਨੂੰ ਭਰਨ ਲਈ ਜਾਂ ਕਲੀਅਰ ਕਰਨ ਲਈ ਕਹਿ ਸਕਦੇ ਆ ਪਰ ਉਹਨਾਂ ਨੂੰ ਨੌਕਰੀ ਦੀ ਕੋਈ ਆਸ ਨਹੀਂਗੀ ਇਸ ਵੇਲੇ ਵੀ ਸਰਕਾਰ ਕਹਿੰਦੀ ਤੁਸੀਂ ਆਈਟੀਆਈ ਕਰੋ ਡਾਇਰੈਕਟ ਭਰਤੀਆਂ ਕਰਾਂਗੇ ਜੇਕਰ ਤੁਹਾਡੇ ਕੋਲ ਡਿਪਲੋਮਾ ਵੀ ਹੋਇਆ ਤਾਂ ਫਿਰ ਕਹਿੰਦੇ ਆਈਟੀਆਈ ਕਰਨ ਦਾ ਸਾਨੂੰ ਫਾਇਦਾ ਕੀ ਹੈ ਅਸੀਂ ਤਾਂ ਐਵੇਂ ਇੰਨਾ ਕੰਮ ਕਰ ਰਹੇ ਹਾਂ ਪਲਵਾਮਾ ਅਟੈਕ ਤੋਂ ਬਾਅਦ ਨੌਕਰੀਆਂ ਕੱਟੀਆਂ ਰੋਲਾ ਘਟਿਆ ਉਸ ਤੋਂ ਬਾਅਦ ਬਹੁਤਾ ਮੁੱਦਾ ਗੰਭੀਰ ਵੀ ਨਹੀਂ ਬਣਿਆ ਅੱਗੇ ਕਰੋਨਾ ਆ ਗਿਆ ਕਰੋਨਾ ਤੋਂ ਬਾਅਦ ਸਥਿਤੀ ਬਦਲਦੀ ਗਈ ਬਹੁਤ ਸਾਰੇ ਪ੍ਰਾਈਵੇਟ ਸੈਕਟਰਾਂ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੌਕਰੀਆਂ ਉਹਨਾਂ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ ਕੰਪਨੀਆਂ ਨੇ ਕੱਢ ਦਿੱਤੇ ਕੋਸ਼ਕ ਕੋਸ਼ਕ ਨੂੰ ਮਜਬੂਰ ਹੋਣਾ ਪਿਆ ਕੋਸ਼ਕ ਨੇ ਇਸ ਤਰ੍ਹਾਂ ਦੀ ਵੀ ਜਿਹੜੇ ਚਿਹਰੇ ਇਸ ਤਲਾਸ਼ ਦੇ ਵਿੱਚ ਸਾਨੂੰ ਵਧੀਆ ਨੌਕਰੀ ਮਿਲੇ ਸੀ ਛੱਡ ਜਾਂਗੇ ਪਰ ਨਹੀਂ ਮਿਲਦੀ ਪਈ ਪ੍ਰਾਈਵੇਟ ਸੈਕਟਰ ਵਿੱਚ ਲੱਗਦਾ ਪਿਆ 8 ਤੋਂ 10000 ਰੁਪਇਆ ਦੇ ਦੋ ਇਹਨਾਂ ਤੋਂ ਕੰਮ ਕਰਾ ਲਓ ਜਿੰਨਾ ਕਰਾ ਹੁੰਦਾ ਫਿਰ ਉਹਨਾਂ ਨੂੰ ਲੱਗਦਾ ਪਿਆ ਕਿ 12 ਤੋਂ 15000 ਤਨਖਾਹ ਬਹੁਤ ਹੈ ਕੇਂਦਰ ਕਹਿੰਦੀ ਹੈ ਕਿ 18000 ਘੱਟ ਤੋਂ ਕੱਟ ਹੋਣਾ ਚਾਹੀਦਾ ਅੱਜ ਕਿੰਨੇ ਕ ادارےਾਂ ਦੇ ਵਿੱਚ 18000 ਜਿਹੜੀ ਨਵੀਂ ਭਰਤੀ ਹੁੰਦੀ ਹੈ ਜਦ ਨਵੇਂ ਨੌਜਵਾਨ ਜੁਆਇਨ ਇਹ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ 14,63,000 ਜਾਂ ਇਹਨਾਂ ਦੇ ਵਿੱਚੋਂ ਵੈਕੈਂਸੀਆਂ ਜਿਹੜੀਆਂ ਸਰਕਾਰ ਨੇ ਕੱਢਣ ਦੀ ਗੱਲ ਕਹੀ ਸੀ ਭਨੀਆਂ ਕਿੰਨੀਆਂ ਰੇਲਵੇ ਦੀਆਂ 2,61,000 ਤਾਂ ਬਾਕੀ ਖਾਲੀ ਕਿਉਂ ਨੇ ਸਮੇਂ-ਸਮੇਂ ਤੇ ਜੇਕਰ 4 ਸਾਲਾਂ ਦੇ ਵਿੱਚ ਇੰਨੀਆਂ ਕਿ ਭਰਤੀਆਂ ਸਰਕਾਰ ਕਹਿੰਦੀ ਕੀਤੀ ਹੈ ਤੇ ਬਾਕੀ ਖਾਲੀ ਕਿਉਂ ਹੈ ਇਹਦਾ ਰੌਲਾ ਅੱਜ ਵੱਡੇ ਪੱਧਰ ਤੇ ਪੈ ਰਿਹਾ ਹੈ ਉਹ ਵੱਖਰੀ ਗੱਲ ਹੈ ਇਸ ਅੰਦੋਲਨ ਦਾ ਕਿਸੇ ਵੱਲ ਧਿਆਨ ਨਹੀਂ ਗਿਆ ਵਿਦਿਆਰਥੀਆਂ ਦੀ ਜਿਹੜੀ ਇਹ ਲਹਿਰ ਰੁੱઠી ਹੈ ਬਿਹਾਰ ਦੇ ਵਿੱਚੋਂ ਸ਼ੁਰੂ ਹੋਈ ਹੈ ਅਗਨੀਵੀਰ ਜਦੋਂ ਭਰਤੀ ਹੋਈ ਸੀ ਉਹ ਲਹਿਰ ਇੱਕ ਹਿਮਾਚਲ ਪ੍ਰਦੇਸ਼ ਤੋਂ ਉੱਠੀ ਪਰ ਸਾਡੇ ਮੁਲਕ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਇਸ ਤਰ੍ਹਾਂ ਦੀਆਂ ਉੱਠੀਆਂ ਪਰ ਕਦੀ ਨਾ ਕਦੀ ਸ਼ਾਂਤ ਹੋ ਜਾਂਦੀਆਂ ਅਗਨੀ ਵੀਰ ਦਾ ਰੌਲਾ ਚੰਗਾ ਪਿਆ ਬਿਹਾਰ ਦੇ ਵਿੱਚ ਵੀ ਪਿਆ ਅੱਜ ਉਹ ਵੀ ਸਾਰੇ ਸ਼ਾਂਤ ਹੋ ਕੇ ਬੈਠੇ ਨੇ ਅਸੀਂ ਨਹੀਂ ਕਹਿੰਨੇ ਕਿ ਸੜਕਾਂ ਤੇ ਆ ਜਾਓ ਵਿਰੋਧ ਕਰੋ ਪਰ ਬਿਹਾਰ ਉਹ ਸੂਬਾ ਸੀ ਜਿੱਥੇ ਸਭ ਤੋਂ ਵੱਧ ਰੌਲਾ ਪਿਆ ਅਗਜਨੀ ਦੀਆਂ ਘਟਨਾਵਾਂ ਹੋਈਆਂ ਪੱਛਮੀ ਬੰਗਾਲ ਹੋਵੇ ਚਾਹੇ ਹਿਮਾਚਲ ਪ੍ਰਦੇਸ਼ ਹੋਵੇ ਕਈ ਥਾਵਾਂ ਤੇ ਆਵਾਜ਼ ਉੱਠੀ ਨੌਜਵਾਨ ਨੌਕਰੀਆਂ ਲੱਭਦੇ ਨੇ ਸਰਕਾਰ ਕਹਿੰਦੀ ਅਸੀਂ 2 ਕਰੋੜ ਤੋਂ ਵੱਧ ਨੌਕਰੀਆਂ ਦਵਾਂਗੇ ਪਰ ਕੀ ਸੱਚਮੁੱਚ ਹੀ 2 ਕਰੋੜ ਨੌਕਰੀਆਂ ਦਿੱਤੀਆਂ ਜੁਪੀ ਹੋਵੇ ਪੰਜਾਬ ਹੋਵੇ ਚਾਹੇ ਬਿਹਾਰ ਹੋਵੇ ਆਂਧਰਾ ਪ੍ਰਦੇਸ਼ ਤਾਮਿਲਨਾਡੂ ਮਹਾਰਾਸ਼ਟਰ ਜਾਂ ਫਿਰ ਕੋਈ ਹੋਰ ਸੂਬਾ ਹੋਵੇ ਇਹ ਸਾਰੇ ਐਲਾਨ ਕਰਦੇ ਨੇ ਪਰ ਉਹਨੀਆਂ ਨੌਕਰੀਆਂ ਅਜੇ ਤੱਕ ਮਿਲਦੀਆਂ ਨਹੀਂ ਪਈਆਂ ਜਿੰਨਾ ਰੌਲਾ ਪਿੰਦਾ ਪਿਆ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਉੱਠਿਆ ਕਿੰਨਾ ਕੁ ਮੁੱਦਾ ਗੰਭੀਰ ਹੋਵੇਗਾ ਸਰਦ ਰੁੱਤ ਜਿਹੜਾ ਇਹ اجلاس ਸੱਦਿਆ ਗਿਆ ਉਹਦੇ ਵਿੱਚ ਕਿੰਨੀ ਕਿ ਚਰਚਾ ਹੋਵੇਗੀ ਅਮ੍ਰਿਤਕਾਲ ਦੀ ਗੱਲ ਅਸੀਂ ਕਰਦੇ ਹਾਂ ਅਮ੍ਰਿਤਕਾਲ ਵਿੱਚ ਕੀ ਵਾਕੇ ਹੀ ਇਹਨਾਂ ਨੌਜਵਾਨਾਂ ਲਈ ਇਹ ਨੌਕਰੀਆਂ ਵਧੀਆ ਤੇ ਵੱਡੀਆਂ ਹੋਣ ਗਿਆ ਜਾਨੀ ਕਿਹਾ ਨਹੀਂ ਜਾ ਸਕਦਾ ਪਰ ਮੱਠੇ ਰਫਤਾਰ ਨਾਲ ਚੱਲ ਰਿਹਾ ਹੈ ਇਹ ਕੰਮ ਕਿਹਾ ਜਾ ਰਿਹਾ ਕਿ ਤੇਜ਼ ਕਰਨ ਦੀ ਜ਼ਰੂਰਤ ਹੈ ਜੇਕਰ ਤੇਜ਼ ਇਹ ਨਾ ਕੀਤਾ ਤਾਂ ਆਉਂਦੇ ਸਮੇਂ ਦੌਰਾਨ ਵਕਫਾ ਖਸੂਬਿਆਂ ਚੋਂ ਵਰੂਧ ਉੱਠ ਸਕਦਾ ਹੈ ਅੱਜ ਕੁਝ ਬੱਚੇ ਉਹ ਵੀ ਹੈ ਜਿਹੜੇ ਵਿਦੇਸ਼ ਜਾਣ ਲਈ ਮਜਬੂਰ ਨੇ ਵਿਦੇਸ਼ ਕਿਉਂ ਜਾ ਰਹੇ ਨੇ ਮਜਬੂਰ ਕਿਉਂ ਹੋ ਰਹੇ ਨੇ ਕਿਉਂਕਿ ਉਹਨਾਂ ਦੇ ਕੋਲ ਸਾਧਨ ਹੈਗੇ ਆ ਇੱਥੇ ਪਰ ਨੌਕਰੀ ਕਰਨ ਦੇ ਲਈ ਉਹਨਾਂ ਦੇ ਕੋਲ ਕੋਈ ਪਲੇਟਫਾਰਮ ਨਹੀਂਗਾ ਸਾਡੀ ਸਰਕਾਰਾਂ ਦੇ ਵਿੱਚੋਂ ਕੁਝ ਕੁ ਸਿਆਸਤਦਾਨ ਕਹਿੰਦੇ ਆ ਕਿ ਕੰਮ ਕੋਈ ਵੀ ਮਾੜਾ ਨਹੀਂ ਜਿਹੜਾ ਮਰਜ਼ੀ ਕਰੋ ਪਰ ਇੱਥੇ ਕਈ ਸਿਆਸਤਦਾਨਾਂ ਨੇ ਕੰਮ ਲੋਕਾਂ ਨੇ ਕੰਮ ਕੀਤਾ ਵੀ ਹੈ ਪਰ ਸਿਆਸਤਦਾਨ ਉਹਨਾਂ ਦਾ ਕਿੰਨਾ ਕੁ ਮੁੱਲ ਪਿਆ ਲੋਕ ਇਹ ਵੀ ਦਿੱਖਦੇ ਐ ਸੋ ਦੇਖਦੇ ਆਉਣ ਵਾਲੇ ਸਮੇਂ 'ਚ ਗੱਲ ਕਿੱਧਰ ਨੂੰ ਜਾਂਦੀ ਐ ਪਰ ਇਹਨਾਂ ਜ਼ਰੂਰ ਐ ਮੁੱਦਾ ਇਹ ਗੰਭੀਰ ਐ ਇਸ ਬਜਟ ਸੈਸ਼ਨ ਦੇ ਵਿੱਚ ਇੱਥੇ ਕੋਈ ਧਿਆਨ ਦਿੱਤਾ ਜਾਵੇਗਾ ਜਾਂ ਨਹੀਂ ਇਹ ਕਿਹਾ ਨਹੀਂ ਜਾ ਸਕਦਾ ਪਰ ਬਿਹਾਰ ਦੇ ਵਿੱਚੋਂ ਸ਼ੁਰੂ ਹੋਇਆ ਇਹ ਅੰਦੋਲਨ ਕਈ ਥਾਵਾਂ ਤੇ ਜਾ ਸਕਦਾ ਸੀ ਨੌਕਰੀਆਂ ਦੀ ਗੱਲ ਕਰ ਰਹੇ ਸੀ ਬਜਟ ਦੀ ਗੱਲ ਕਰ ਰਹੇ ਸੀ ਬਾਰ-ਬਾਰ ਇਹ ਮੁੱਦਾ ਕਈ ਰਾਜਨੀਤਿਕ ਪਾਰਟੀਆਂ ਚੁੱਕੀਆਂ ਨੇ ਕਾਂਗਰਸ ਨੇ ਇਹ ਮੁੱਦਾ ਕਈ ਵਾਰ ਚੁੱਕਿਆ ਭਾਰਤ ਜੋੜ ਯਾਤਰਾ ਜਦੋਂ ਪਹਿਲੇ ਪੜਾਵੇ ਸੀ ਉਦੋਂ ਵੀ ਤੇ ਜਦੋਂ ਹੁਣ ਭਾਰਤ ਨਿਆ ਯਾਤਰਾ ਕੱਢੀ ਜਾ ਰਹੀ ਹੈ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਉਹਦੇ ਵਿੱਚ ਵੀ ਇਹ ਮੁੱਦਾ ਕਈ ਥਾਵਾਂ ਤੇ ਚੁੱਕਿਆ ਜਾ ਰਿਹਾ ਹੈ ਪੱਛਮੀ ਬੰਗਾਲ ਦੇ ਵਿੱਚ ਯਾਤਰਾ ਪਹੁੰਚੀ ਉੱਥੇ ਵੀ ਬਿਹਾਰ ਦੇ ਵਿੱਚ ਯਾਤਰਾ ਉੱਥੇ ਰਾਹੁਲ ਗਾਂਧੀ ਦੇ ਨਾਲ ਹੋਰ ਵੀ ਕਈ ਸਿਆਸਤਦਾਨ ਜਿਨ੍ਹਾਂ ਨੇ ਇਸ ਮੁੱਦੇ ਨੂੰ ਸ਼ੂਨਤੀ ਕੋਸ਼ਿਸ਼ ਕੀਤੀ ਹੈ ਕਨਿਆ ਕੁਮਾਰ ਇੱਕ ਉਹ ਲੀਡਰ ਜਿਹੜੇ ਵਿਦਿਆਰਥੀ ਯੂਨੀਅਨ ਦੇ ਵਿੱਚੋਂ ਨਿਕਲ ਕੇ ਲੀਡਰ ਤੱਕ ਪਹੁੰਚੇ ਨੇ ਚਲੋ ਆਪਣਾ ਨਾਮ ਵੀ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਫਿਰ ਮੁੱਦਿਆਂ ਨੂੰ ਵੀ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਸ ਵੇਲੇ ਜਿਹੜਾ ਉਹਨਾਂ ਨੇ ਬੇਰੋਜ਼ਗਾਰੀ ਦਾ ਇਹ ਮੁੱਦਾ ਚੁੱਕਿਆ ਧਿਆਨ ਤਾਂ ਉਹ ਵੀ ਮੰਗਤ ਹੈ ਕਹਿੰਦੇ ਅਸੀਂ ਬਹੁਤ ਬਾਰ ਕਈ ਵਾਰ ਇਸਤੇ ਪ੍ਰੈਸ ਕਾਨਫਰੰਸ ਕਰ ਚੁੱਕੇ ਹਾਂ ਪਰ ਕਿਸੇ ਦੇ ਕੰੰਤੇ ਜੂੰ ਸਰਕਦੀ ਨਹੀਂ ਇੱਕ ਪ੍ਰੈਸ ਕਾਨਫਰੰਸ ਦੇਖਦੇ ਹਾਂ ਜ ਜਿਹਦੇ ਵਿੱਚ ਕਨੀਆ ਕੁਮਾਰ ਹੂਰਾ ਨੇ ਕਈ ਤੱਥ ਨਾਲ ਭਰਪੂਰ ਗੱਲਾਂ ਕੀਤੀਆਂ ਨੇ ਕੀ ਕਿਹਾ ਉਹਨਾਂ ਨੇ ਇੱਕ ਨਜ਼ਰ ਪਹਿਲਾਂ ਉਧਰ ਮਾਰਦੇ ਆ ਔਰ ਅੱਜ ਆਪ ਲੋਕੋ ਨੂੰ ਮਾਲੂਮ ਹੋਣਾ ਚਾਹੀਏ कि दिल्ली के जंतर मंतर पर हजारों नौजवान उनके साथ जो अन्याय हुआ है उस अन्याय के खिलाफ भी आंदोलन कर रहे हैं संघर्ष कर रहे हैं और ये अन्याय जुरा हुआ है नौजवानों के भविष्य से भी और देश की सुरक्षा से भी आप सब जानते हैं कि पिछले दिनों जो मौजूदा भाजपा की सरकार है एनडीए की सरकार है उस सरकार ने एक योजना लेकर के आई जिस योजना को उन्होंने कहा अग्निपथ योजना जिसमें कहा गया कि चार साल के लिए अग्निवीर बनाए जाएंगे मतलब पहली बार भारतीय सेना में ठेके पर सेवा देने के लिए नौजवानों को आमंत्रित किया गया और इससे कई सारे प्रश्न जो है वो पैदा हुए आप जानते हैं कि देश भर में इसको लेकर के नौजवानों की तरफ से एक प्रतिक्रिया आई एक, एक जो है तीव्र प्रतिक्रिया आई और कई जगह जो है अहिंसक कार्रवाई भी देखने को मिली सवाल यह है कि सरकार जो यह कार्रवाई कर रही है इसका मूल उद्देश्य क्या है हम समझते हैं कि इस देश के भीतर जब आप रोजगार की हालत देखेंगे, और सेना में भर्ती होना सिर्फ रोजगार का सवाल नहीं है ओवरऑल आप रोजगार के सवाल को देखेंगे तो 45 साल में देश में इतनी बेरोजगारी इससे पहले कभी नहीं थी सबसे ज्यादा बेरोजगारी आज भारत में है और जहां पर अस्थाई सेवा देने के लिए भी व्यवस्था थी उस व्यवस्था को भी एक एक करके बदला जा रहा है आप जानते हैं कि विभिन्न विभागों में ठेके पे नौकरियां दी जाती थी अब जो है सेना में भी चार साल वाली नौकरी लेकर के आए हैं प्रधानमंत्री पांच साल के लिए बनते हैं मुख्यमंत्री पांच साल के लिए बनते हैं एमपी पांच साल के लिए बनते हैं और छह साल के लिए राज्यसभा में छह साल के लिए बनते हैं और नौजवानों को सेना में भर्ती कराई जाएगी चार साल के लिए उसमें भी चार में से तीन लोगों को ही तीन लोगों को बाहर कर दिया जाएगा और एक लोगों को नौकरी दी जाएगी सबको बहाल भी नहीं कराया जाएगा यह जो सवाल है इस सवाल के संबंध में एक बात में और आपको बता देना चाहता हूँ आनन फानन बिना किसी सूचना के बिना किसी जानकारी के और बिना किसी सलाह में के आपने कभी नहीं सुना होगा कि सरकार सेना में कोई योजना लेकर के आ रही है भर्ती की कोई नई योजना लेकर के आ रही है जिसको लेकर के देश के पूर्व सेनाध्यक्षकों से रक्षा विशेषज्ञों से, से संसद भवन में संसद की समितियों में रक्षा समिति में कहीं कोई बहस नहीं हुआ है अचानक से बस प्रधानमंत्री जी के मन में आता है पता नहीं रात को कोई सपना आता है या रात को जो है उनके मित्र अदानी कॉल करके कहते हैं कैसा करो सुबह उठ करके जो है एक नया योजना लेकर के आ जाओ अचानक से आनंद फानंद में योजना लेकर के आ जाते हैं अब इस योजना लाने की क्या जरूरत है सचमुच इस देश में किसी को नहीं मालूम है क्योंकि सरकार ने इसके पक्ष में कोई तर्क नहीं दिया है तो जो पुरानी भर्ती चल रही थी उसको अचानक बंद करने से ये हुआ कि डेढ़ नंबर याद रखिएगा डेढ़ लाख लोग जो सेलेक्ट हो गए उनको जो है नियुक्ति पत्र नहीं दी गई उनको जो है नौकरी में शामिल नहीं कराया गया और वो सारे नौजवान पूरे देश भर के अलग अलग इलाके के नौकरी का इंतजार कर रहे हैं नौकरी कंप्लीट करने के बावजूद भर्ती प्रक्रिया पूरी करने के बावजूद जो है उनको नौकरी नहीं मिली है और वो लगातार संघर्ष कर रहे हैं तो कांग्रेस पार्टी जो यह भारत जोरो न्याय यात्रा शुरू की है इस भारत जोरो न्याय यात्रा में जो सेंट्रल चीज है वो है न्याय और हम पांच तरह के न्याय की बात कर रहे हैं हम कह रहे हैं युवा का न्याय भागीदारी का न्याय हिस्सेदारी का न्याय भी उसको कह लीजिए नारी का न्याय किसान का न्याय और मजदूर का न्याय बार बार श्री राहुल गांधी अपने वक्तव्यों में बोल रहे हैं कि जब तक यह पांच प्रकार के न्याय सुनिश्चित नहीं किए जाएंगे तब तक जो है देश को शक्ति नहीं मिलेगी आगे बढिए ये बात करनी है ईवीएम मशीना दी एदे ਵਿੱਚ ਕੋਈ ਸ਼ੱਕ ਨਹੀਂ ਕਿ ਸਮੇਂ-ਸਮੇਂ ਤੇ ईवीएम ਮਸ਼ੀਨਾਂ ਨੂੰ ਲੈ ਕੇ ਸਵਾਲ ਖੜੇ ਹੁੰਦੇ ਰਹਿੰਦੇ ਨੇ ਪਾਰਦਰਸ਼ਤਾ ਦੀ ਗੱਲ ਵੀ ਹੁੰਦੀ ਰਹਿੰਦੀ ਹੈ ਤੇ ਕੋਈ ਇਹ ਦੋਸ਼ ਲਗਾਉਂਦਾ ਹੈ ਕਿ ईवीएम ਦੇ ਰਾਹੀਂ ਗੜਬੜੀ ਹੁੰਦੀ ਹੈ ਕੋਈ ਇਹ ਦੋਸ਼ ਲਗਾਉਂਦਾ ਹੈ ਕਿ ईवीएम ਮਸ਼ੀਨਾਂ ਦੇ ਨਾਲ ਧੋਖਾ ਕਰਕੇ ਹੀ ਰਾਜਨੀਤਿਕ ਪਾਰਟੀ ਭਾਜਪਾ ਜਿੱਤਦੀ ਪਈ ਹੈ ਕਈ ਵਾਰ ਇਹ ਦੋਸ਼ ਲੱਗਿਆ ਪਰ ਦੋਸ਼ ਅਜੇ ਤੱਕ ਕਦੀ ਕਿਸੇ ਨੇ ਸਾਬਤ ਵੀ ਨਹੀਂ ਕੀਤਾ ਪਰ ਨਾਲ ਦੀ ਨਾਲ ਕਈ ਇਸ ਤਰ੍ਹਾਂ ਦੇ ਲੋਕ ਨੇ ਜਦੋਂ ਜੰਤਰ ਮੰਤਰ ਤੇ ਇਕੱਠੇ ਹੁੰਦੇ ਨੇ ਤਾਂ ਉਹ ਕਹਿੰਦੇ ਆ ਦੇਖੋ ਜੀ ਅਸੀਂ ਹੈਕ ਕਰਕੇ ਦਿਖਾਣੇ ਆ ਫਿਰ ਕੁਝ ਕੁ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਆ ਜਿਹੜੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਉਦਾਹਰਨ ਦੇ ਤੌਰ ਤੇ ਵੋਟ ਕਹਿੰਦੇ ਅਸੀਂ ਪਾਈ ਹੈਗੀ ਸੇਵ ਨੂੰ ਤੇ ਪਰਚੀ ਨਿਕਲੀ ਕੇਲੇ ਦੀ ਪਿਛਲੇ ਦਿਨੀ ਇਹ ਵੀ ਬਹੁਤ ਰੌਲਾ ਪਿਆ ਉਹਨਾਂ ਨੇ ਉਦਾਹਰਨ ਦੇ ਨਾਲ ਦਿਖਾਇਆ ਸੀ ਕਰਕੇ ਕਿ ਕਿਵੇਂ ਗੜਬੜੀ ਹੁੰਦੀ ਹੈ ਇਹ ਸੱਚ ਹੈ ਜਾਂ ਨਹੀਂ ਇਹ ਕਿਹਾ ਨਹੀਂ ਜਾ ਸਕਦਾ ਚੋਣ ਕਮਿਸ਼ਨ ਵੱਲ ਦੇਖੀਏ ਤਾਂ ਚੋਣ ਕਮਿਸ਼ਨ ਕਹਿੰਦਾ ਇਦਾਂ ਦੀ ਕੋਈ ਗੱਲ ਨਹੀਂ ਇਹ ਕਦੀ ਵੀ ਹੈਕ ਨਹੀਂ ਹੋ ਸਕਦੀ ਪਰ ਦੂਜੇ ਪਾਸੇ ਜਦੋਂ ਇਹ ਗੱਲ ਨਿਕਲਦੀ ਹੈ ਕਿ ਮਸ਼ੀਨ ਨੂੰ ਬੰਦੇ ਨੇ ਬਣਾਇਆ ਬੰਦੇ ਨੇ ਮਸ਼ੀਨ ਨੂੰ ਨਹੀਂ ਬਣਾਇਆ ਤੇ ਇਸ ਕਰਕੇ ਮਸ਼ੀਨ ਦੇ ਨਾਲ ਜਦੋਂ ਮਰਜ਼ੀ ਛੇੜਖਾਨੀ ਕਰ ਲੋ ਪਰ ਕੁਝ ਕੁ ਚੀਜ਼ਾਂ ਦੇ ਵਿੱਚ ਸੌਫਟਵੇਅਰ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਚੋਣ ਕਮਿਸ਼ਨ ਨੂੰ ਵੀ ਨਹੀਂ ਪਤਾ ਕਿ ਇਹ ਸਹੀ ਗੱਲ ਹੈ ਚਰਚਾ ਚੱਲਦੀ ਪਈ ਹੈ ਅੱਜ ਦੱਸਿਆ ਜਾ ਰਿਹਾ ਹੈ ਇਸ ਵੇਲੇ ਕਿ EVM ਦੇ ਵਿੱਚ ਕੁਝ ਕੁ ਇਸ ਤਰ੍ਹਾਂ ਦੇ ਸੋਰਸ ਕੋਡ ਨੇ ਜਿਨ੍ਹਾਂ ਨਾਲ ਛੇੜਖਾਨੀ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੇ ਨਾਲ ਨਤੀਜਿਆਂ ਨੂੰ ਬਦਲਿਆ ਜਾ ਸਕਦਾ ਇਹ ਦੋਸ਼ ਲੱਗ ਰਹੇ ਨੇ ਦੋਸ਼ ਬਹੁਤ ਗੰਭੀਰ ਹੈ ਹਾਲਾਂਕਿ ਦੇਸ਼ ਦੇ ਵਿੱਚ ਜਦੋਂ ਵੀ EVM ਦਾ ਮੁੱਦਾ UP ਦੇ ਵਿੱਚੋਂ ਮਾਇਆਵਤੀ ਹੁਰਾਂ ਨੇ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਤੇ ਕਈ ਵਾਰ ਇਹ ਮੁੱਦਾ ਉੱਠਿਆ ਤੇ ਫਿਰ ਵਹਿ ਜਾਂਦਾ ਤੇ ਹੁਣ ਜਦੋਂ ਇਹ ਗੱਲ ਨਿਕਲੀ ਹੈ ਕਿ EVM ਦੇ ਵਿੱਚ ਘਪਲਾ ਕੀਤਾ ਜਾ ਸਕਦਾ ਤੇ ਉੱਥੇ ਹੀ ਚੋਣ ਕਮਿਸ਼ਨਰ ਐਸ.ਵਾਈ ਕੁਰੇਸ਼ੀ ਉਨ੍ਹਾਂ ਨੇ ਨਾ ਕਰਤੀ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ EVM ਮਸ਼ੀਨ ਦਾਅਵੇ ਨਾ ਕਹਿੰਦੇ ਆ ਕਿ ਹੈਕ ਨਹੀਂ ਹੁੰਦੀ ਪਰ ਨਾਲ ਉਹਨਾਂ ਨੇ ਇਸ ਗੱਲ ਦੀ ਚਿੰਤਾ ਜ਼ਾਹਰ ਕੀਤੀ ਹੈ ਕਿ 2020 ਪੈਟ ਦਾ ਮਿਲਾਨ ਕਿਉਂ ਨਹੀਂ ਕਰਵਾਇਆ ਜਾ ਰਿਹਾ ਹੁਣ ਕਹਿੰਦੇ ਹੁੰਦੇ ਆ ਨਾ ਜਦੋਂ ਪਰਚੀ ਨਿਕਲਦੀ ਆ ਉਹਨੂੰ ਨਾਲ ਹੀ ਬਾਕਸ ਵਿੱਚ ਪਾ ਦੇਣਾ ਉਹਦਾ ਮਿਲਾਨ ਨਹੀਂ ਹੋ ਰਹਾ ਵਿਰੋਧੀ ਧਿਰਾਂ ਇਹਦੇ ਖਿਲਾਫ ਸਮੇਂ-ਸਮੇਂ ਤੇ ਆਵਾਜ਼ ਉਠਾਉਂਦੀਆਂ ਰਹੀਆਂ ਹੁਣ ਵੀ ਆਵਾਜ਼ ਉਠ ਰਹੀ ਹੈ ਅਜੇ ਤੱਕ ਵੀ ਇਧਰ ਧਿਆਨ ਨਹੀਂ ਦਿੱਤਾ ਜਾ ਰਿਹਾ ਹੁਣ ਜਦੋਂ EVM ਦੀ ਗੱਲ ਕਰਦੇ ਪਏ ਆ ਤੇ ਇੱਕ ਬਹੁਤ ਵੱਡੀ ਕੰਪਨੀ ਦੇਸ਼ਤੀ ਜਿਹੜੀ EVM ਦੀ ਮਸ਼ੀਨ ਤਿਆਰ ਕਰਦੀ ਹੈ ਪਤਾ ਲੱਗਿਆ ਕਿ ਰਾਜਨੀਤਿਕ ਪਾਰਟੀ ਭਾਜਪਾ ਦੇ 4 ਮੈਂਬਰ ਉਸ ਕੰਪਨੀ ਦਾ ਹਿੱਸਾ ਨੇ ਤੇ ਹੁਣ ਅਗਲੀ ਗੱਲ ਸ਼ੁਰੂ ਹੋ ਜਾਂਦੀ ਹੈ ਤੁਸੀਂ ਪਾਰਦਰਸ਼ਤਾ ਦੀ ਗੱਲ ਕਰਦੇ ਹੋ ਉਹ ਮੈਂਬਰ ਉਸ ਕੰਪਨੀ ਦੇ ਵਿੱਚ ਕੀ ਕਰ ਰਹੇ ਨੇ ਕੋਈ ਕਹਿੰਦੇ ਆ ਕਿ ਉਸ ਕੰਪਨੀ ਦੇ ਵਿੱਚ ਡਾਇਰੈਕਟਰ ਦਾ ਅਹੁਦਾ ਵੀ ਮਿਲਿਆ ਹੋਇਆ ਮਸੂਕਬਾਈ ਹੁਣ ਇਹਨਾਂ ਦਾ ਨਾਮ ਆ ਰਿਹਾ ਹੈ ਕਿ ਬੋਰਡ ਆਫ ਡਾਇਰੈਕਟਰ ਉਸ ਕੰਪਨੀ ਦੇ ਵਿੱਚ ਨੇ ਜਿਹੜੀ ਕੰਪਨੀ EVM ਦੀ ਮਸ਼ੀਨ ਤਿਆਰ ਕਰਦੀ ਹੈ ਤੇ ਉਹ ਸਿੱਧੇ ਰੂਪ ਦੇ ਵਿੱਚ ਭਾਜਪਾ ਪਾਰਟੀ ਦੇ ਨਾਲ ਸੰਬੰਧ ਰੱਖਦੇ ਆ ਤੇ ਇਸੇ ਤਰ੍ਹਾਂ ਦੇ ਤਿੰਨ ਹੋਰ ਮੈਂਬਰ ਹੈ ਤੇ ਇਹਦਾ ਮਤਲਬ ਲੋਕਾਂ ਦੀ ਸ਼ੱਕ ਦੀ ਸ਼ੱਕ ਦੀ ਜਿਹੜੀ ਸੂਈ ਹੈ ਉਹ ਉਧਰ ਹੀ ਘੁੰਮਦੀ ਰਹਿੰਦੀ ਆ ਪਰ ਅਸੀਂ ਫਿਰ ਕਹਿੰਨੇ ਆ ਇਹ ਦੋਸ਼ ਲੱਗਦੇ ਪਏ ਆ ਇਹ ਦਾਅਵੇ ਕੀਤੇ ਜਾ ਰਹੇ ਨੇ ਅਸਲ ਦੇ ਵਿੱਚ ਦਾਅਵੇ ਉਦੋਂ ਸੱਚੇ ਵੀ ਲੱਗਦੇ ਜਦੋਂ ਅਗਲੇ ਪਾਸੇ ਉਪੀ ਜਵਾਬ ਨਹੀਂ ਆਉਂਦਾ ਇਹ ਸਾਰੀ ਘੁੰਮਣ ਕੇਰੀ ਜਹੀ ਬਣੀ ਹੋਈ ਹੈ ਜੇਕਰ ਐਸ ਵੀ ਕੁਰੇਸ਼ੀ ਸਾਹਿਬ ਕਹਿ ਰਹੇ ਕਿ ਈਵੀਐਮ ਹੈਕ ਨਹੀਂ ਹੋ ਸਕਦੀ ਤਾਂ ਉੱਥੇ ਹੀ ਦੂਸਰੇ ਪਾਸੇ ਈਏਐਸ ਸ਼ਰਮਾ ਇਹ ਵੱਡੇ ਅਧਿਕਾਰੀ ਰਹੇ ਆ ਇਹਨਾਂ ਨੇ ਵੀ ਸਾਫ ਕਦ ਅਧਿਕਾਰੀ ਹੈ ਭਾਰਤ ਸਰਕਾਰ ਦੇ ਇਹਨਾਂ ਨੇ ਹੁਣ ਇੱਕ ਦੋਸ਼ ਲਗਾਇਆ ਹੈ ਬਹੁਤ ਵੱਡਾ ਕਿ ਤੁਸੀਂ ਦੱਸੋ ਸੀ ਇਸ ਮਾਮਲੇ ਤੇ ਕੋਈ ਜਵਾਬ ਵੀ ਨਹੀਂ ਦਿੰਦਾ ਪਿਆ ਇਹ ਮੁੱਦਾ ਕਈ ਦਿਨਾਂ ਚਰਚਾ ਦੇ ਵਿੱਚ ਆ ਰਿਹਾ ਹੈ ਕਿਉਂਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਈਵੀਐਮ ਦਾ ਮੁੱਦਾ ਜੇਕਰ ਖੜਾ ਹੁੰਦਾ ਤਾਂ ਇਹਦਾ ਕਿੰਨਾ ਕੁ ਪ੍ਰਭਾਵ ਪੈਂਦਾ ਹੈ ਵੈਸੇ ਚੋਣ ਕਮਿਸ਼ਨ ਇੰਨੀ ਜਲਦੀ ਕਹਿ ਦੂਗਾ ਕੱਲੂ ਉੱਠ ਕੇ ਕਿ ਨਹੀਂ ਜੇ ਅਸੀਂ EVM ਨਾਲ ਵੋਟਾਂ ਕਰਾਉਣੀਆਂ ਹੀ ਨਹੀਂ ਕਿਆਂ ਇਦਾਂ ਦੀ ਗੱਲ ਨਹੀਂ ਹੋਣ ਲੱਗੀ ਬੈਲਟ ਪੇਪਰ ਤੇ ਵੀ ਜੇਕਰ ਦੁਆਰਾ ਵੋਟਾਂ ਪਵਾਉਣੀਆਂ ਨੇ ਤਾਂ ਉਹਲੇ ਵੀ ਪ੍ਰਬੰਧ ਕਰਨੇ ਜ਼ਰੂਰੀ ਹੈ ਤੇ ਜੇਕਰ ਸਰਕਾਰ ਕਹਿ ਰਹੀ ਹੈ ਇੱਕ ਮੁਲਕ ਇੱਕ ਚੋਣ ਕਰਾਉਣੀ ਹੈ ਵਨ ਨੇਸ਼ਨ ਵਨ ਇਲੈਕਸ਼ਨ ਤਾਂ ਉਹਦੇ ਲਈ ਵੀ ਕਰੋੜਾਂ ਰੁਪਏ ਦੀਆਂ ਮਸ਼ੀਨਾਂ ਦੀ ਜ਼ਰੂਰਤ ਹੈ ਲੱਖਾਂ ਮਸ਼ੀਨਾਂ ਦੀ ਹੋਰ ਜ਼ਰੂਰਤ ਹੈ ਤੇ ਉਹ ਮਸ਼ੀਨਾਂ ਅੱਜ ਹੀ ਤਿਆਰ ਹੋ ਜਾਣਗੀਆਂ ਇਹ ਵੀ ਕਹਿਣਾ ਔਖਾ ਹੈ 2027 ਦੀਆਂ 2029 ਦੀਆਂ ਚੋਣਾਂ ਤੱਕ ਵੀ ਸ਼ਾਇਦ ਉਹ ਮਸ਼ੀਨਾਂ ਪੂਰੀਆਂ ਬਣ ਕੇ ਤਿਆਰ ਨਾ ਹੋਣ ਇਹਦਾ ਮਤਲਬ ਹੈ ਕਿ ਅਜੇ ਤੱਕ ਇਹ ਰੋਲਾ ਚੱਲਦਾ ਪਿਆ ਤੇ ਇੰਨੀ ਜਲਦੀ ਇਹ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਵਾਲਾ ਮੁੱਦਾ ਹੱਲ ਨਹੀਂ ਹੁੰਦਾ ਪਰ ਇਹਨਾਂ ਜ਼ਰੂਰ ਹੈ ਇਹ ਜਿਹੜਾ EVM ਦਾ ਰੋਲਾ ਇਸ ਵੇਲੇ ਪੈਂਦਾ ਪਿਆ ਇਧਰ ਧਿਆਨ ਦੇਣ ਦੀ ਜ਼ਰੂਰਤ ਹੈ ਦੱਸਿਆ ਜਾ ਰਿਹਾ ਸੋਰਸ ਕੋਡ ਦਾ ਕਿ ਸੋਰਸ ਕੋਡ ਜਿਹੜਾ ਰੋਲਾ ਚੱਲਦਾ ਪਿਆ ਜਿਹਦੇ ਨਾਲ ਨਤੀਜੇ ਬਦਲੇ ਜਾ ਸਕਦੇ ਨੇ ਇਹ ਚੋਣ ਕਮਿਸ਼ਨ ਦੇ ਕੋਲ ਨਹੀਂ ਹੁੰਦਾ ਇਹ ਉਸੇ ਕੰਪਨੀ ਦੇ ਇੰਜੀਨੀਅਰਾਂ ਦੇ ਕੋਲ ਹੁੰਦਾ ਜਿਨ੍ਹਾਂ ਨੇ ਮਸ਼ੀਨ ਤਿਆਰ ਕੀਤੀ ਹੈ ਤੇ ਮਸ਼ੀਨ ਫਿਰ ਉਸੇ ਕੰਪਨੀ ਚ ਤਿਆਰ ਹੋ ਰਹੀ ਹੈ ਜਿੱਥੇ ਇੱਕ ਵੱਡੀ ਪਾਰਟੀ ਦੇ ਮੈਂਬਰ ਵੀ ਨੇ ਇਸ ਕਰਕੇ ਇਹ ਗੱਲਾਂ ਜਿਹੜੀਆਂ ਅੱਜ ਹੋ ਰਹੀਆਂ ਨੇ ਇਹਨਾਂ ਨੇ ਆਪਣੇ ਵੱਲ ਸਾਰਿਆਂ ਦਾ ਧਿਆਨ ਖਿੱਚਿਆ ਤੇ ਸਵਾਲ ਹੁਣ ਕਈ ਖੜੇ ਹੋ ਰਹੇ ਨੇ ਚੋਣ ਕਮਿਸ਼ਨ ਇੱਤੇ ਕੁਝ ਬੋਲ ਨਹੀਂ ਰਹਾ ਪਰ ਸਮੇਂ ਤੇ ਕਿਹਾ ਜਾਂਦਾ ਕਿ ਇਹ EVM ਦੀਆਂ ਮਸ਼ੀਨਾਂ ਹੈਕ ਨਹੀਂ ਹੋ ਸਕਦੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ ਲੋਕਾਂ ਤੇ ਛੱਡਦੇ ਆ ਲੋਕਤੰਤਰ ਹੈ ਲੋਕਤੰਤਰ ਵਿੱਚ ਬਹੁਤ ਕੁਝ ਹੁੰਦਾ ਹੈ ਤੇ ਲੋਕ ਤਾਂ ਫਿਰ ਇਹ ਗੱਲਾਂ ਨੂੰ ਮੇਅਰ ਦੀ ਚੋਣ ਨਾਲ ਵੀ ਜੋੜ ਕੇ ਦੇਖ ਰਹੇ ਨੇ ਮੇਅਰ ਦਾ ਜ਼ਿਕਰ ਕੀਤਾ ਸੀ ਚੰਡੀਗੜ੍ਹ ਦੀ ਚੋਣ ਦਾ ਜ਼ਿਕਰ ਕਰਨਾ ਬਣਦਾ ਕਿਉਂਕਿ ਇਸ ਵੇਲੇ ਮੇਅਰ ਜਿੱਦਾਂ ਭਾਜਪਾ ਪਾਰਟੀ ਨੇ ਆਪਣਾ ਲਗਾ ਦਿੱਤਾ ਹੈ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਇਹ ਗੱਲ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਈ ਬਰਦਾਸ਼ਤ ਇਸ ਕਰਕੇ ਨਹੀਂ ਹੋਈ ਉਹਨਾਂ ਨੇ ਦੋਸ਼ ਲਗਾਇਆ ਕਿ ਸਾਡੇ ਨਾਲ ਤੱਕਾ ਹੋਇਆ ਇਹ ਜਿਹੜੀਆਂ ਵੋਟਾਂ ਰੱਦ ਕੀਤੀਆਂ ਗਈਆਂ ਨੇ ਇਹਦੇ ਪਿੱਛੇ ਬਹੁਤ ਵੱਡੀ ਰਾਜਨੀਤੀ ਹੈ ਇੱਕ ਸਾਜ਼ਿਸ਼ ਸਾਡੇ ਖਿਲਾਫ ਕੀਤੀ ਗਈ ਚੋਣ ਅਧਿਕਾਰੀ ਹੁਣ ਚੋਣ ਅਧਿਕਾਰੀ ਦੇ ਉੱਪਰ ਵੀ ਦੋਸ਼ ਬਹੁਤ ਸਾਰੇ ਲੱਗੇ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਸਾਡੇ ਨਾਲ ਵਿਤਕਰਾ ਕੀਤਾ ਹੁਣ ਮਸੀਹ ਸਾਹਿਬ ਤਾਂ ਭਾਜਪਾ ਲੈ ਕਹਿੰਦੇ ਮਸੀਹਾ ਬਣ ਕੇ ਆਏ ਜਿਨ੍ਹਾਂ ਨੇ ਐਡਾ ਵੱਡਾ ਕੰਮ ਕਰ ਦਿੱਤਾ ਹਾਲਾਂਕਿ ਉਹ ਕਹਿੰਦੇ ਮੈਂ ਜੋ ਕੀਤਾ ਈਮਾਨਦਾਰੀ ਨਾਲ ਕੀਤਾ ਸਿਆਸੀ ਮੁੱਦਾ ਨਾ ਬਣਾਓ ਇਹਨੂੰ ਉਤੇ ਟਿਕ ਲੱਗੇ ਸੀਗੇ ਚਾਹੇ ਦੀ ਚੀਜ਼ ਦੇ ਉੱਪਰ ਟਿਕ ਲੱਗੇ ਹੁੰਦੇ ਨਾ ਦੇ ਮੂਰੇ ਪਰਚੀ ਤੇ ਅਸੀਂ ਬਿਲਕੁਲ ਵੀ ਸਵੀਕਾਰ ਨਹੀਂ ਕਰਦੇ ਟਿੱਕ ਲਗਾਏ ਕਿੰਨੇ ਆ ਸਵਾਲ ਤਾਂ ਇਹ ਖੜਾ ਹੁੰਦਾ ਨਾ ਕਿ ਉਹਦੀ ਜਾਂਚ ਕੀਤੀ ਗਈ ਜਾਂ ਫਿਰ ਜਦੋਂ ਕਾਂਗਰਸ ਪਾਰਟੀ ਜਾਂ ਫਿਰ ਆਮ ਆਦਮੀ ਪਾਰਟੀ ਇਹ ਦੋਸ਼ ਲਗਾਉਂਦੀ ਹੈ ਕਿ ਬਿਲਕੁਲ ਉਸੇ ਵੇਲੇ ਉਹਨਾਂ ਨੇ ਬੈਗ ਚੱਕੇ ਬਕਸੇ ਚੱਕੇ ਤੇ ਅੰਦਰ ਰੱਖ ਦਿੱਤੇ ਇਹ ਅੰਦਰ ਕਿਉਂ ਰੱਖੇਗੇ ਬਹੁਤ ਸਾਰੀਆਂ ਗੱਲਾਂ ਜੋ ਅਜੇ ਵੀ ਸਮਝ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਨੇ ਪਰ ਇਹ ਸਾਰਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਅਸੀਂ ਅਦਾਲਤ ਵਿੱਚ ਲੈ ਕੇ ਜਾਵਾਂਗੇ ਹਾਲਾਂਕਿ ਸਾਰਿਆਂ ਨੂੰ ਲੈ ਕੇ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਈ ਤਾਂ ਇਹਦੇ ਲਈ 3 ਹਫ਼ਤਿਆਂ ਦਾ ਸਮਾਂ ਮੰਗਿਆ ਗਿਆ 3 ਹਫ਼ਤਿਆਂ ਦੇ ਵਿੱਚ ਵਿੱਚ ਹਾਈ ਕੋਰਟ ਨੇ ਕਿਹਾ ਕਿ ਤੁਹਾਨੂੰ ਸਮਾਂ ਦਿੰਨੇ ਆ ਸਾਰਾ ਕੁਝ ਜੋ ਵੀ ਸਾ ਤੱਥ ਹੈ ਸਾਡੇ ਸਾਹਮਣੇ ਰੱਖੇ ਜਾਣ ਪ੍ਰਸ਼ਾਸਨ ਨੂੰ ਵੀ ਕਿਹਾ ਕੀ ਮਾਮਲਾ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਜਾਂ ਤਿੰਨ ਹਫ਼ਤੇ ਦੇ ਬਾਅਦ ਕੁਛ ਨਾ ਕੁਛ ਨਿਕਲੇਗਾ ਆਮ ਆਦਮੀ ਪਾਰਟੀ ਕਾਂਗਰਸ ਕਹਿ ਰਹੀ ਹੈ ਕਿ ਦੁਬਾਰਾ ਵੋਟਾਂ ਕਰਾਈਆਂ ਜਾਣ ਸੱਚ ਸਾਰਿਆਂ ਦੇ ਸਾਹਮਣੇ ਆ ਜਾਣਾ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕਿ ਲੋਕਤੰਤਰ ਦਾ ਕਤਲ ਕੀਤਾ ਗਿਆ ਰਾਗਵ ਚੱਡਾ ਕਹਿੰਦੇ ਨੇ ਲੋਕਤੰਤਰ ਦਾ ਗਲਾ ਘੁੱਟ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਇਹ ਤੋਂ ਵੱਡੀ ਸਾਜ਼ਿਸ਼ ਹੋ ਹੀ ਨਹੀਂ ਸਕਦੀ ਰਾਜਨੀਤੀ ਇਹਨੇ ਘਟੀਆ ਪੱਧਰ ਤੇ ਆ ਸਕਦੀ ਕਦੀ ਸੋਚਿਆ ਵੀ ਨਹੀਂ ਸੀ ਹੁਣ ਜੋ ਕੁਝ ਵੀ ਹੋ ਰਿਹਾ ਹੈ ਅਦਾਲਤ ਨੇ ਭਾਵੇਂ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਸਮਾਂ ਦੇ ਦਿੱਤਾ ਪਰ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਅਸੀਂ ਮਾਮਲਾ ਲੈ ਕੇ ਜਾਵਾਂਗੇ ਅੱਗੇ ਵੱਲ ਸੁਪਰੀਮ ਕੋਰਟ ਵਿੱਚ ਤੇ ਸੁਪਰੀਮ ਕੋਰਟ ਵਿੱਚ ਜਦੋਂ ਮਾਮਲਾ ਜਾਵੇਗਾ ਫਿਰ ਇਸ ਸਾਰੇ ਦੇ ਉੱਪਰ ਵਿਚਾਰ ਚਰਚਾ ਵੀ ਕੀਤੀ ਜਾਵੇਗੀ ਤਾਂ ਉਸੇ ਨੂੰ ਲੈ ਕੇ ਗੱਲ ਅੱਗੇ ਵੱਲ ਵੀ ਤੋਰੀ ਜਾਵੇਗੀ ਇਹ ਸਾਰਾ ਕੁਝ ਹੋ ਰਿਹਾ ਸੀ ਪਰ ਨਾਲ ਦੀ ਨਾਲ ਹੰਗਾਮਾ ਅਜੇ ਵੀ ਜਾਰੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੁਝ ਵਰਕਰਾਂ ਨੇ ਅੱਜ ਹੰਗਾਮਾ ਕੀਤਾ ਮੇਰ ਦੀ ਚੋਣ ਜਿਹੜੀ ਹੋਈ ਹੈ ਉਹਨੂੰ ਲੈ ਕੇ ਕੀ ਕੀ ਹੋਇਆ ਕੀ ਪੂਰੀ ਰਿਪੋਰਟ ਹੈ ਇੱਕ ਨਜ਼ਰ ਪਹਿਲਾਂ ਉਧਰ ਮਾਰਦੇ ਆ ਆ ਬੈਰੀਕੇਡਸ ਦੇ ਉੱਪਰ ਜਿਹੜਾ ਆ ਆਪ ਅਤੇ ਆ ਕਾਂਗਰਸ ਦੀਆਂ ਜਿਹੜੀਆਂ ਮਹਿਲਾ ਵਰਕਰ ਨੇ ਉਹ ਚੜ ਕੇ ਪ੍ਰੋਟੈਸਟ ਕਰ ਰਹੀਆਂ ਨੇ ਪੁਲਿਸ ਸਟੇਸ਼ਨ ਜਾਣਾ ਸੀ ਪੁਲਿਸ ਸਟੇਸ਼ਨ ਜਾ ਕੇ ਐਫ ਆਈ ਆਰ ਦਰਜ ਕਰਾਉਣੀ ਸੀ ਪਰ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਵੈਰੀਕੇਟ ਲਗਾ ਕੇ ਜਿਹੜਾ ਆ ਉਹ ਰੋਕਿਆ ਗਿਆ ਵੈਰੀਕੇਟ ਲਗਾ ਕੇ ਜਿਹੜਾ ਆ ਰੋਕਿਆ ਗਿਆ ਅੱਗੇ ਜਿਹੜਾ ਨਹੀਂ ਵਧਣ ਦਿੱਤਾ ਜਾ ਰਿਹਾ ਪੁਲਿਸ ਸਟੇਸ਼ਨ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਆ ਪੁਲਿਸ ਸਟੇਸ਼ਨ ਤੋਂ ਪਹਿਲਾਂ ਜੋ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪ੍ਰਦਰਸ਼ਨ ਜਿਹੜਾ ਆ ਕੀਤਾ ਜਾ ਰਿਹਾ ਪੁਲਿਸ ਸਟੇਸ਼ਨ ਤੋਂ ਪਹਿਲਾਂ ਜਿਹੜੇ ਵੈਰੀਕੇਟ ਸਗਾਏ ਗਏ ਨੇ ਪੁਲਿਸ ਸਟੇਸ਼ਨ ਜਾਣ ਤੋਂ ਜਿਹੜਾ ਆ ਉਹ ਰੁਕਿਆ ਜਾ ਰਿਹਾ ਆਪ ਤੇ ਕਾਂਗਰਸ ਦੇ ਜਿਹੜੇ ਵਰਕਰ ਨੇ ਉਹ ਬੈਰੀਕੇਡਸ ਦੇ ਉੱਪਰ ਚੜ੍ਹ ਕੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਆ ਐਫ ਆਈ ਆਰ ਦਰਜ ਕਰਾਉਣ ਨੂੰ ਲੈ ਕੇ ਜਿਹੜਾ ਮੰਗ ਰੱਖੀ ਗਈ ਸੀ ਆਪ ਅਤੇ ਕਾਂਗਰਸ ਦੇ ਵੱਲੋਂ ਕਿ ਪ੍ਰੋਸਾਈਡਿੰਗ ਆਫਟਰ ਦੇ ਖਿਲਾਫ ਜਿਹੜਾ ਆ ਬੰਦ ਦੀ ਕਾਰਵਾਈ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਕੱਲ ਜੋ ਹੈ ਸਭ ਕੁਝ ਕੀਤਾ ਗਿਆ ਉਸ ਨੂੰ ਲੈ ਕੇ ਜਿਹੜਾ ਆ ਪ੍ਰੋਟੈਸਟ ਤੁਸੀਂ ਦੇਖ ਸਕਦੇ ਹੋ ਕੀਤਾ ਜਾ ਰਿਹਾ ਤਸਵੀਰਾਂ ਜਿਹੜੀਆਂ ਇਸ ਕੋਲੇ ਦੀਆਂ ਤੁਹਾਨੂੰ ਦਿਖਾ ਰਹੇ ਆ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰੋਸਾਈਡਿੰਗ ਆਫਿਸਰ ਦੇ ਖਿਲਾਫ ਜਿਹੜਾ ਇਹ ਕਾਰਵਾਈ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਆ ਜੋ ਹੈ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਹਾਲਾਂਕਿ ਉਹਨਾਂ ਨੂੰ ਅਰੈਸਟ ਕੀਤਾ ਗਿਆ ਪਹਿਲਾਂ ਆ ਹਰਾਸਤ ਦੇ ਵਿੱਚ ਲਿਆ ਗਿਆ ਸੀਗਾ ਕਾਂਗਰਸ ਦੇ ਵਰਕਰਾਂ ਨੂੰ ਤਾਂ ਹੁਣ ਜੁਆਇੰਟ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਪ੍ਰਦਰਸ਼ਨ ਇਹ ਕੀਤਾ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਇਸ ਵੇਲੇ ਚੰਡੀਗੜ੍ਹ 17 ਸੈਕਟਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਆਪ ਅਤੇ ਕਾਂਗਰਸ ਦੇ ਜਿਹੜੇ ਵਰਕਰ ਨੇ ਆਪ ਕਾਂਗਰਸ ਚੰਡੀਗੜ੍ਹ ਦੀ ਜਿਹੜੀ ਲੀਡਰਸ਼ਿਪ ਹੈ ਅਰਸ਼ਣ ਕਰ ਰਹੀ ਹੈ ਪ੍ਰੋਸਾਈਡਿੰਗ ਅਫਸਰ ਦੇ ਖਿਲਾਫ ਜੋ ਕੱਲ ਮੇਅਰ ਦੀ ਚੋਣ ਨੂੰ ਲੈ ਕੇ ਹੋਇਆ ਉਸ ਤੋਂ ਬਾਅਦ ਜਿਹੜਾ ਆ ਮੰਗ ਕੀਤੀ ਜਾ ਰਹੀ ਹੈ ਕਿ ਪ੍ਰੋਸਾਈਡਿੰਗ ਅਫਸਰ ਜੋ ਅਨਿਲ ਮਸੀਹ ਸੀ ਉਸ ਦੇ ਖਿਲਾਫ ਜਿਹੜਾ ਆ ਬਣਦੀ ਕਾਰਵਾਈ ਕੀਤੀ ਜਾਵੇ ਹਾਲਾਂਕਿ ਭਾਜਪਾ ਦੂਜੇ ਪਾਸੇ ਜੋ ਹੈ ਆ ਸੈਲੀਬ੍ਰੇਟ ਕਰ ਰਹੀ ਹੈ ਪ੍ਰਧਾਨ ਦੀ ਚੋਣ ਨੂੰ ਪ੍ਰਧਾਨ ਦੀ ਜਿੱਤ ਨੂੰ ਲੈ ਕੇ ਕਿਉਂਕਿ ਮਨੋਜ ਸੁਰਕਰ ਜੋ ਨੇ ਉਹਨਾਂ ਦੇ ਆ ਜੋ ਮੇਅਰ ਬਣੇ ਨੇ ਮੇਅਰ ਜਿਸ ਤਰੀਕੇ ਦੇ ਨਾਲ ਉਹ ਬਣੇ ਨੇ ਉਸ ਨੂੰ ਲੈ ਕੇ ਜਿਹੜਾ ਆ ਬੀਜੇਪੀ ਸੈਲੀਬ੍ਰੇਟ ਕਰ ਰਹੀ ਹੈ ਪਰ ਦੂਜੇ ਪਾਸੇ ਆ ਪੱਤੇ ਕਾਂਗਰਸ ਜੁਨੇ ਰਲ ਕੇ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਇੰਡੀਆ ਗੱਠਜੋੜ ਦੀ ਪਹਿਲੀ ਚੋਣ ਸੀ ਇੰਡੀਆ ਗੱਠਜੋੜ ਜੋ ਹੈ ਲੋਕ ਸਭਾ ਚੋਣਾਂ ਦੇ ਲਈ ਜੜਾਇਆ ਇੰਡੀਆ ਗੱਠਜੋੜ ਬਣਾਇਆ ਗਿਆ ਸੋ ਦੇਸ਼ ਦੇ ਵਿੱਚ ਬੀਜੇਪੀ ਦੇ ਖਿਲਾਫ ਇੰਡੀਆ ਗੱਠਜੋੜ ਦੀ ਸ਼ੁਰੂਆਤ ਹੋਈ ਸੀ ਸੋ ਮੇਅਰ ਦੀ ਚੋਣ ਤੋਂ ਜੜਾਇਆ ਦੇਖਣਾ ਸੀਗਾ ਕੀ ਕੁਝ ਬਣਦਾ ਪਰ ਜਿਸ ਤਰੀਕੇ ਦੇ ਨਾਲ 8 ਜਿਹੜੀਆਂ ਵੋਟਾਂ ਨੇ ਕੈਨਸਲ ਕੀਤੀਆਂ ਆ ਕੇ ਕਹਿੰਦੇ ਮੇਅਰ ਦੀ ਚੋਣ ਦੇ ਵਿੱਚ ਤਾਂ ਉਸ ਤੋਂ ਬਾਅਦ ਹੁਣ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਨੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਇਹ ਕਾਰਵਾਈ ਦੀ ਮੰਗ ਪ੍ਰੋਸਾਈਡਿੰਗ ਅਫਸਰ ਦੇ ਖਿਲਾਫ ਕੀਤੀ ਜਾ ਰਹੀ ਦੇਖਿਆ ਤੁਸੀਂ ਕਿਸੇ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੁਝ ਕੁ ਕਾਉਂਸਲਰ ਜਿਹੜੇ ਉੱਥੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੇ ਸਵਾਲ ਵੀ ਖੜੇ ਕੀਤੇ ਆ ਸਵਾਲ ਇਸ ਕਰਕੇ ਉੱਠ ਰਹੇ ਨੇ ਉਹ ਕਹਿੰਦੇ ਕਿ ਅਸੀਂ ਜਿੱਤਦੇ ਪਏ ਸੀ ਚਲੋ ਇਹ ਸੁਪਨਾ ਸੀਗਾ ਜਾਂ ਸੱਚ ਸੀ ਹਕੀਕਤ ਕੀ ਹੈ ਇਹ ਤਾਂ ਹੁਣ ਕਿਹਾ ਨਹੀਂ ਜਾ ਸਕਦਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਪਿੱਛੇ ਵੱਲ ਪੈ ਗਈਆਂ ਨੇ ਪਰ ਇੱਥੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਕਾਉਂਸਲਰ ਜਿਸ ਸਾਹਬ ਦੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਬੈਰੀਕੇਟਿੰਗ ਦੇ ਉੱਪਰ ਬਹੁਤ ਸਾਰੀਆਂ ਔਰਤਾਂ ਉੱਥੇ ਦੇ ਕਾਉਂਸਲਰ ਚੜ ਗਏ ਤੇ ਉਹਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਹੈ ਦੇਖਦੇ ਆ ਕੱਲੂ ਗੱਲ ਕਿੱਧਰ ਨੂੰ ਜਾਂਦੀ ਹੈ ਪਰ ਇੰਨਾ ਜ਼ੋਰ ਹੈ ਮਾਮਲਾ ਭੱਗਦਾ ਜਾ ਰਿਹਾ ਹੈ ਪਰ ਕੀ ਇਹ ਆਉਣ ਵਾਲੇ ਸਮੇਂ ਠੰਡੇ ਵਸਤੇ ਪੈ ਜਾਏਗਾ ਇਸ ਮਾਮਲੇ ਦਾ ਕੁਝ ਨਹੀਂ ਬਣਨਾ ਦੇਖਦੇ ਆ ਅੱਗੇ ਬਾਤਾਂ ਗੱਲ ਕਰਨੀ ਆ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਦੀ ਜਿਨ੍ਹਾਂ ਨੇ ਅੱਜ ਕਿਹਾ ਕਿ ਟਵੀਟ ਕੀਤਾ ਕਿ ਮੈਂ ਸਿਆਸਤ ਛੱਡ ਦੂੰਗਾ ਪਰ ਇਹ ਸਿਆਸਤ ਛੱਡਣਗੇ ਕਿਉਂ ਕਿ ਕਿਉਂਕਿ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੂਰੇ ਕੁਝ-ਕੁਝ ਸਵਾਲ ਖੜੇ ਕੀਤੇ ਨੇ ਕੁਝ-ਕੁਝ ਸ਼ਰਤਾਂ ਰੱਖੀਆਂ ਇਹ ਸ਼ਰਤਾਂ ਕਹਿੰਦੇ ਪੂਰੀਆਂ ਕਰ ਦੋ ਨਾਲ ਹੀ ਸਿਆਸਤ ਛੱਡ ਦੂੰਗਾ ਅਰਵਿੰਦ ਕੇਜਰੀਵਾਲ ਦੇ ਨਾਲ ਅੰਕੜਾ ਤਾਂ ਮਜੀਠੀਆ ਸਾਹਿਬ ਦਾ ਵੈਸੇ 36 ਦਾ ਪਰ ਕਦੀ-ਕਦੀ ਇੰਟਰਵਿਊ ਦੇ ਵਿੱਚ ਜਾਂ ਗੱਲਾਂ ਕਰਦੇ ਕਰਦੇ ਪੱਤਰਕਾਰਾਂ ਨਾਲ ਇਹ ਜ਼ਰੂਰ ਕਹਿ ਦਿੰਗੇ ਕਿ ਅਰਵਿੰਦ ਕੇਜਰੀਵਾਲ ਤਾਂ ਮੇਰਾ ਭਰਾ ਆ ਕਿਉਂ ਭਰਾ ਕਹਿੰਦੇ ਆ ਸਭ ਨੂੰ ਪਤਾ ਹੈ ਪਰ ਇਥੇ ਇਡੀਆਂ ਸ਼ਰਤਾਂ ਨੇ ਕਹਿ ਰਹੇ ਨੇ ਕਿ ਤੁਸੀਂ ਇਹ ਸ਼ਰਤਾਂ ਪੰਜਾਬ ਦੇ ਵਿੱਚ ਵੀ ਲਾਗੂ ਕਰ ਦੋ ਤਾਂ ਫਿਰ ਦਸੂਗਾ ਸਿਆਸਤ ਛੱਡ ਦੂਗਾ ਕਿਹੜੀਆਂ ਸ਼ਰਤਾਂ ਨੇ ਪੰਜ ਸ਼ਰਤਾਂ ਮੁੱਖ ਰੱਖੀਆਂ ਜਿਹਦੇ ਵਿੱਚ ਲਿਖਿਆ ਗਿਆ ਕਿ ਸਿੱਖਿਆ ਦੀ ਪ੍ਰਣਾਲੀ ਨੂੰ ਠੀਕ ਕੀਤਾ ਜਾਵੇ ਇਹਦਾ ਮਤਲਬ ਹੈ ਕਿ ਇਸ ਵੇਲੇ ਸਹੀ ਨਹੀਂ ਦੂਸਰੀ ਸ਼ਰਤ ਚੰਗੇ ਇਲਾਜ ਦਾ ਪ੍ਰਬੰਧ ਕੀਤਾ ਜਾਵੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਓਦਾਂ ਵੀ ਤੀਸਰੀ ਸ਼ਰਤ ਮਹਿੰਗਾਈ ਨੂੰ ਘਟ ਕੀਤਾ ਜਾਵੇ ਚੌਥੀ ਹਰ ਨੌਜਵਾਨ ਨੂੰ ਰੋਜ਼ਗਾਰ ਦਿੱਤਾ ਜਾਵੇ ਤੇ ਗਰੀਬ ਨੂੰ ਮੁਫਤ ਤੇ ਸਾਰਿਆਂ ਨੂੰ 24 ਘੰਟੇ ਬਿਜਲੀ ਦਿੱਤੀ ਜਾਵੇ ਤੇ ਇਹ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਪੰਜ ਸ਼ਰਤਾਂ ਇਹਨਾਂ ਦੇ ਵਿੱਚੋਂ ਬਿਜਲੀ ਦੀ ਗੱਲ ਕਿਉਂ ਚੱਲੀ ਹੈ ਕਿਉਂਕਿ ਇਸ ਵੇਲੇ ਪੰਜਾਬ ਦੇ ਕਈ ਪਿੰਡਾਂ ਤੋਂ ਖਬਰਾਂ ਆ ਰਹੀਆਂ ਨੇ ਕਿ ਬਿਜਲੀ ਦੇ ਕੱਟ ਲੱਗਦੇ ਪਏ ਐ ਜੇਕਰ ਇਹ ਬਿਲਕੁਲ ਸਹੀ ਹੈ ਤੁਸੀਂ ਵੀ ਸਾਨੂੰ ਜਿਸ ਜਿਹੜੀ ਜਗ੍ਹਾ ਤੋਂ ਸੁਣਦੇ ਹੋ ਕਿਹੜੇ ਕਿਹੜੇ ਪਿੰਡ ਤੋਂ ਸੁਣਦੇ ਹੋ ਜ਼ਰੂਰ ਇੱਥੇ ਜ਼ਿਕਰ ਕਰਿਓ ਤੇ ਦੱਸਿਓ ਕਿ ਤੁਹਾਡੇ ਹਲਕੇ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ ਕਸਬੇ ਵਿੱਚ ਕਿ ਸਤਮੁੱਚੀ ਬਿਜਲੀ ਦੇ ਕੱਟ ਲੱਗ ਰਹੇ ਨੇ ਕੋਈ ਲੋਕ ਕਹਿ ਰਹੇ ਕਿ 4 ਤੋਂ 5 ਘੰਟੇ ਦਾ ਕੱਟ ਲੱਗਦਾ ਕੋਈ ਕਹਿੰਦੇ 2 ਤੋਂ 3 ਘੰਟੇ ਦਾ ਲੱਗਦਾ ਕੋਈ ਇਸ ਤਰ੍ਹਾਂ ਦੇ ਵੀ ਜਿਹੜੇ ਕਹਿੰਦੇ ਜ਼ਿਆਦਾ ਕੱਟ ਵੀ ਲੱਗਦੇ ਪਰ ਵਿੱਚ ਵਿੱਚ ਚਮਕਾ ਜਿਹੀ ਮਾਰ ਦਿੰਦੀ ਹੈ ਬੱਤੀ ਜੇਕਰ ਇਹ ਸਹੀ ਗੱਲ ਹੈ ਤਾਂ ਫਿਰ ਸਰਕਾਰ ਨੂੰ ਇਸ ਮਾਮਲੇ ਤੇ ਜਵਾਬ ਦੇਣਾ ਪੈਣਾ ਫਿਰ ਤਾਂ ਆ ਜਿਹੜੇ ਮੈਗਾਵਾਟ ਬਿਜਲੀ ਦੀ ਪੈਦਾ ਕਰਨ ਲਈ ਥਰਮਲ ਪਲਾਂਟ ਖਰੀਦੇ ਨੇ ਜਾਂ ਸਮਝੌਤੇ ਕੀਤੇ ਜਾ ਰਹੇ ਨੇ ਉਹਨੂੰ ਲੈ ਕੇ ਵੀ ਆਉਣ ਵਾਲੇ ਜਸ ਸਵਾਲ ਖੜੇ ਹੋ ਸਕਦੇ ਨੇ ਦੂਸਰੀ ਗੱਲ ਹੈ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਪੰਜਾਬ ਸਰਕਾਰ ਕਹਿ ਰਹੀ ਅਸੀਂ 30000 ਤੋਂ ਵੱਧ ਨੌਕਰੀਆਂ ਦਿੱਤੀਆਂ ਕਦੀ 500 ਤੋਂ ਵੱਧ ਨਿਯੁਕਤੀ ਪੱਤਰ ਵੰਡੇ ਜਾਂਦੇ ਹੁੰਦੇ ਨੇ ਕਦੀ 25000 ਵੈਕੈਂਸੀਆਂ ਦੀ ਗੱਲ ਕਦੀ 1000 ਵੈਕੈਂਸੀਆਂ ਕਿਸੇ ਵਿਭਾਗ ਦੇ ਵਿੱਚ ਪਰ ਨਾਲ ਦੀ ਨਾਲ ਇਹ ਜਿਹੜੀਆਂ ਸ਼ਾਰੀਆਂ ਸ਼ਰਤਾਂ ਰੱਖੀਆਂ ਗਈਆਂ ਨੇ ਕਿ ਮਹਿੰਗਾਈ ਨੂੰ ਕੱਟ ਕੀਤਾ ਜਾਵੇ ਇਹ ਠੀਕ ਹੈ ਪੰਜਾਬ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਅਸਲ ਵਿੱਚ ਮਹਿੰਗਾਈ ਵੱਧਦੀ ਪਈ ਹੈ ਪਰ ਇਧਰਲੇ ਪਾਸੇ ਧਿਆਨ ਕੋਈ ਨਹੀਂ ਦਿੰਦਾ ਪਿਆ ਵਿਦੇਸ਼ਾਂ ਦੇ ਵਿੱਚ ਵੀ ਮਹਿੰਗਾਈ ਵੱਧਦੀ ਹੈ ਕੈਨੇਡਾ ਇੱਥੋਂ ਤੱਕ ਕਿ ਜਰਮਨ ਇੰਗਲੈਂਡ ਹੋਰ ਵੀ ਕਈ ਮੁਲਕ ਹੈ ਜਿੱਥੇ ਮਹਿੰਗਾਈ ਵੱਧਦੀ ਜਾ ਰਹੀ ਹੈ ਲਗਾਤਾਰ ਭਾਰਤ ਵੀ ਇਹਦਾ ਅਸਰ ਦਿਖਾਈ ਦੇ ਰਿਹਾ ਭਾਵੇਂ ਅਰਥਵਿਵਸਥਾ ਸਾਡੀ ਵੱਧਦੀ ਜਾ ਰਹੀ ਹੈ ਪਰ ਘੱਟ ਕਿਵੇਂ ਹੋਣਾ ਇਹ ਤਾਂ ਲੀਡਰ ਹੀ ਕੋਈ ਰਾਹ ਲੱਭ ਸਕਦੇ ਨੇ ਨੌਕਰੀਆਂ ਦੇ ਮੌਕੇ ਜਰੂਰ ਪੈਦਾ ਕਰਨੇ ਪੈਣੇ ਨੇ ਪਰ ਵਿਕਰਮ ਸਿੰਘ ਮਜੀਠੀਆ ਜਿਹੜੀ ਗੱਲ ਕਹਿ ਰਹੇ ਨੇ ਕਿ ਤੁਸੀਂ ਇਹ ਸ਼ਰਤਾਂ ਲਾਗੂ ਕਰਕੇ ਦਿਖਾਓ ਤੇ ਸਿਆਸਤ ਛੱਡ ਦਾਂਗੇ ਸਿਆਸਤ ਇਸ ਤੋਂ ਬਾਅਦ ਵੀ ਪੱਕੀ ਹੋਈ ਹੈ ਹਾਲਾਂਕਿ ਪੰਜਾਬ ਸਰਕਾਰ ਤੇ ਪਹਿਲੀ ਵਾਰ ਨਹੀਂਗਾ ਕਿ ਵਿਕਰਮ ਸਿੰਘ ਮਜੀਠੀਆ ਨੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੋਵੇ ਜਦੋਂ ਇਸ ਤੋਂ ਪਹਿਲਾਂ ਐਸਆਈਟੀ बार-बार ਪੁੱਛਗਿੱਛ ਕਰ ਰਹੀ ਹੈ ਮਜੀਠੀਆ ਸਾਹਿਬ ਉਹਦਾ ਵੀ ਸਵਾਲ ਖੜੇ ਇਹ ਤਾਂ ਕਹਿੰਦੇ ਬੁਲਾਉਂਦੇ ਪਏ ਆ ਮੈਂ ਤਾਂ ਇੱਕ ਵਾਰ ਨਹੀਂ ਸਿਰਫ ਗਿਆ ਉਸੇ ਸ਼ਹੀਦੀ ਮਹੀਨਾ ਉਹਨਾਂ ਦਿਨਾਂ 'ਚ ਕਹਿੰਦੇ ਸੀ ਮੈਂ ਕਿਹਾ ਸੀ ਕਿ ਮੈਂ ਇਸ ਮਹੀਨੇ ਬਿਲਕੁਲ ਵੀ ਨਹੀਂ ਆਉਣਾ ਤੇ ਨਾ ਹੀ ਇਸ ਮੁੱਦੇ ਤੇ ਕੋਈ ਸਿਆਸਤ ਕਰਨੀ ਹੈ ਉਸ ਤੋਂ ਇਲਾਵਾ 6 ਬਾਰ ਕਹਿੰਦੇ ਮੈਨੂੰ ਸੱਦਿਆ ਗਿਆ ਤੇ ਮੈਂ 6 ਬਾਰ ਇਮਾਨਦਾਰੀ ਨਾਲ ਗਿਆ ਤੇ ਅਰਵਿੰਦ ਕੇਜਰੀਵਾਲ ਕਿਉਂ ਭੱਜਦੇ ਪਏ ਆ ਇਹਨੂੰ ਲੈ ਕੇ ਸਵਾਲ ਵਿਕਰਮ ਸਿੰਘ ਮਜੀਠੀਆ ਹੁਰਾਂ ਨੇ ਉਦੋਂ ਵੀ ਖੜੇ ਕੀਤੇ ਸੀ ਸਵਾਲ ਹੌਣ ਵੀ ਖੜੇ ਹੋ ਰਿਹਾ ਸੋ ਦੇਖਦੇ ਆਉਣ ਵਾਲੇ ਸਮੇਂ 'ਚ ਗੱਲ ਕਿੱਧਰ ਨੂੰ ਜਾਂਦੀ ਹੈ ਸਾਨੂੰ ਨਹੀਂ ਪਤਾ ਕਿ ਕਿਹੜੇ ਸਿਆਸਤਦਾਨ ਨੇ ਸਿਆਸਤ ਛੱਡਣੀਆਂ ਜਾਂ ਕਿਹੜੇ ਨੇ ਨਹੀਂ ਪਰ ਇਹ ਨ ਜ਼ਰੂਰ ਹੈ ਕਿ ਸ਼ਰਤਾਂ ਰੱਖ ਕੇ ਸਿਆਸਤ ਛੱਡਣਗੇ ਕੰਮ ਇੰਨਾ ਵੀ ਸੌਖਾ ਨਹੀਂ ਹੁੰਦਾ ਤੇ ਜੇਕਰ ਕੱਲ ਨੂੰ ਇਹਦੇ ਵਿੱਚੋਂ ਇੱਕ ਅੱਧੀ ਸ਼ਰਤ ਰਹਿ ਕੇ ਚਾਰ ਪੂਰੀਆਂ ਕਰ ਦੇਣਗੇ ਫਿਰ ਵੈਸੇ ਤਾਂ ਸੰਭਾਵਨਾ 50-50 ਜਹੀ ਹੁੰਦੀ ਹੈ ਹਮੇਸ਼ਾ ਪਰ ਦੇਖਦੇ ਆਉਣ ਵਾਲੇ ਸਮੇਂ 'ਚ ਬਣਦਾ ਕੀ ਹੈ ਅੱਗੇ ਵੱਧਦੇ ਆ ਗੱਲ ਕਰਨੀਆਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰ ਫਿਰ ਏਡੀ ਨੇ ਸੰਮਣ ਜਾਰੀ ਕੀਤਾ ਹੈ 2 ਨਵੰਬਰ 21 ਦਸੰਬਰ ਤੋਂ ਬਾਅਦ ਜਦੋਂ 3 ਜਨਵਰੀ ਨੂੰ ਤੇ ਉਸ ਤੋਂ ਬਾਅਦ 17 ਜਨਵਰੀ ਨੂੰ ਉਹਨਾਂ ਨੂੰ ਸ সম্মুখীন ਜਾਰੀ ਹੁੰਦਾ ਤੇ ਉਹ ਇੱਕ ਵਾਰ ਵੀ ਪਹੁੰਚੇ ਨਹੀਂ ਪਰ ਪੁੱਛਗਿਛ ਉਹਨਾਂ ਤੋਂ ਹੋਣੀ ਹੈ ਕਹਿੰਦੇ ਇਹ ਵੀ ਬਾਰ ਬਾਰ ਕਿਹਾ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਜਾਂ ਫਿਰ ਉਹਨਾਂ ਦੀ ਪਾਰਟੀ ਦੇ ਸਿਆਸਤਦਾਨਾਂ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕੇਜਰੀਵਾਲ ਸਾਹਿਬ ਨੇ ਅੱਜ ਵੀ ਟਵੀਟ ਕੀਤਾ ਕਹਿੰਦੇ ਅਸੀਂ ਕਿਹੜਾ ਕਿਸੇ ਨਾਲ ਕੁਝ ਗੁਨਾਹ ਕੀਤਾ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਦੋਂ ਜਦੋਂ ਵੀ ਜਾਂਚ ਵਿੱਚ ਇਹਨਾਂ ਨੇ ਸ਼ਾਮਲ ਹੋਣ ਨੂੰ ਕਿਹਾ ਮੈਂ ਜਾਂਚ ਦੇ ਵਿੱਚ ਸ਼ਾਮਲ ਹੋਇਆ ਹਰ ਵਾਰ ਸਾਥ ਦਿੱਤਾ ਪਰ ਜਾਣ ਬੁੱਝ ਕੇ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੁਣ ਕਹਿੰਦੇ ਆ ਕਿ ਪੰਜਵਾਂ ਸੰਮਣ ਜਾਰੀ ਹੋ ਗਿਆ ਸ਼ਰਾਬ ਕੱਪੜੇ ਦੇ ਵਿੱਚ ਪੁੱਛਗਿੱਛ ਹੋ ਸਕਦੀ ਹੈ ਅਰਵਿੰਦ ਕੇਦਰੀਵਾਲ ਜਾਣਗੇ ਜਾਂ ਨਹੀਂ ਜਾਣਗੇ ਇਹ ਤਾਂ ਪਤਾ ਨਹੀਂ ਪਰ ਇਸ ਵਾਰ ਉਲਟਾ ਵੀ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਕਿ ਹਿੰਮਤ ਸੁਰੇਨ ਹੋਰਾਂ ਦੇ ਵਾਂਗ ਘਰ ਦੇ ਵਿੱਚ ਈਡੀ ਵੀ ਆ ਸਕਦੀ ਹੈ ਹਿੰਮਤ ਸੁਰੇਨ ਦੇ ਕੋਲੋਂ 36 ਲੱਖ ਰੁਪਏ ਮਿਲਣ ਦਾ ਦਾਵਾ ਕੀਤਾ ਗਿਆ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਉਹ ਕੰਪਿਊਟਰ ਸੀ ਹੋਰ ਵੀ ਵਸਤੂਆਂ ਕਈ ਨਾਲ ਲੈ ਗਏ ਕਹਿੰਦੇ ਈਡੀ ਵਾਲੇ। ਪਰ ਕੀ ਅਰਵਿੰਦ ਕੇਜਰੀਵਾਲ ਜੇਕਰ ਪੁੱਛਗਿੱਚ ਵਿੱਚ ਸ਼ਾਮਲ ਨਹੀਂ ਹੁੰਦੇ ਕਿ ਈਡੀ ਉਹਨਾਂ ਦੇ ਘਰ ਆ ਜਾਏਗੀ? ਕੀ ਸੱਚਮੁੱਚ ਹੀ ਗ੍ਰਿਫਤਾਰ ਕੀਤਾ ਜਾਸਦਾ ਸੀ ਕੱਲ ਵੀ ਜ਼ਿਕਰ ਕੀਤਾ ਸੀ ਸੁਰੇਨ ਸਾਹਿਬ ਦੀ ਜਦੋਂ ਗੱਲ ਕਰਦੇ ਸੀ ਕਿ ਇਹਨਾਂ ਸੌਖਾ ਨਹੀਂਗਾ ਕੰਮ ਗ੍ਰਿਫਤਾਰ ਕਰਨ ਦਾ। ਇਹਦੇ ਵਿੱਚ ਕਈਆਂ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਤੇ ਇਹ ਇਜਾਜ਼ਤ ਲੈ ਕੇ ਆਉਣਗੇ ਜਾਂ ਫਿਰ ਬਾਅਦ ਵਿੱਚ ਇੱਕ ਨਵਾਂ ਨੋਟਿਸ ਜਾਰੀ ਕੀਤਾ ਜਾਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧੀਆਂ ਜਾ ਰਹੀਆਂ ਨੇ ਸ਼ਰਾਬ ਕੱਪੜੇ ਵਿੱਚ ਸ਼ਰਾਬ ਪਾਲਿਸੀ ਦੇ ਵਿੱਚ ਇਸ ਤੋਂ ਪਹਿਲਾਂ ਜਿਸ ਹਿਸਾਬ ਦੇ ਨਾਲ ਸੰਜੇ ਸਿੰਘ ਹੁਰਾਂ ਦੇ ਖਿਲਾਫ ਕਾਰਵਾਈ ਕੀਤੀ ਮਨੀਸ਼ ਸੋਧਿਆ ਜੇਲ੍ਹ ਦੇ ਵਿੱਚ ਨੇ ਸੋਧਿਆ ਸਾਹਿਬ ਨੇ ਵੀ ਜਦੋਂ ਇਹ ਨੀਤੀ ਤਿਆਰ ਕੀਤੀ ਸੀ ਰੌਲਾ ਪਿਆ ਕਿ ਬਹੁਤ ਸਾਰੇ ਪ੍ਰਾਈਵੇਟ ਇਸ ਤਰ੍ਹਾਂ ਦੇ ਠੇਕੇਦਾਰ ਸੀਗੇ ਜਿਨ੍ਹਾਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕੋਈ ਕਹਿੰਦਾ ਕਰੋੜਾਂ ਰੁਪਇਆ ਉਹਨਾਂ ਨੂੰ ਮੁਨਾਫਾ ਹੋ ਜਵੇ ਪਾਲਿਸੀ ਇਸ ਹਿਸਾਬ ਦੇ ਨਾਲ ਹੀ ਤਿਆਰ ਕੀਤੀ ਗਈ ਤੇ ਇਹ ਜਿਹੜੀ ਗੱਲ ਹੈ ਨਵਜੋਤ ਸਿੰਘ ਸਿੱਧੂ ਨੇ ਵੀ ਪੰਜਾਬ ਚ ਕਈ ਵਾਰ ਕਹੀ ਹੈ ਕਿ ਪੰਜਾਬ ਦੀ ਲਿਕਵਰ ਪਾਲਿਸੀ ਵੀ ਦਿੱਲੀ ਦੀ ਤਰ੍ਹਾਂ ਇਹਦੀ ਵੀ ਜਾਂਚ ਚੁਣੀ ਚਾਹੀਦੀ ਹੈ ਦਿੱਲੀ ਦੇ ਵਿੱਚ ਤਾਂ ਇਹ ਪਾਲਿਸੀ ਰੱਦ ਹੋ ਗਈ ਸੀ ਦਰਅਸਲ ਦਿੱਲੀ ਵਿੱਚ 2003 ਤੋਂ ਹੀ ਸ਼ਰਾਬ ਵਿਕਰੀ ਦੇ ਲਈ ਵੈਂਡਰਸ ਨੂੰ L1 ਤੇ L10 ਲਾਇਸੈਂਸ ਦਿੱਤਾ ਜਾਂਦਾ ਹੈ L1 ਦੀਆਂ ਜਿਹੜੀਆਂ ਦੁਕਾਨਾਂ ਸੀਗੀਆਂ DDA ਨੂੰ ਅਪਰੂਵਡ ਮਾਰਕੀਟ ਲੋਕਲ ਸ਼ਾਪਿੰਗ ਸੈਂਟਰ ਡਿਸਟ੍ਰਿਕਟ ਸੈਂਟਰ ਤੇ ਕਮਿਊਨਿਟੀ ਸੈਂਟਰ ਚਲਾਣ ਦੀਆਂ ਪਈਆਂ ਸੀਗੀਆਂ ਉਸ ਤੋਂ ਬਾਅਦ ਇਹ ਸਕੀਮ ਬਦਲਣ ਦੀ ਗੱਲ ਕੀਤੀ ਗਈ ਲਾਇਸੈਂਸ ਨੂੰ ਰੀਨਿਊ ਕੀਤਾ ਗਿਆ ਪਰ ਕਹਿੰਦੇ ਆ ਕਿ ਲਾਇਸੈਂਸ ਰੀਨਿਊ ਕਰਨ ਦੇ ਲਈ ਹੀ ਬਾਅਦ ਦੇ ਵਿੱਚ ਪਾਲਿਸੀ 'ਚ ਬਦਲਾਅ ਕੀਤਾ ਗਿਆ ਤੇ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਗਈ ਜੇਕਰ ਇਸ ਤਰ੍ਹਾਂ ਦੀ ਗੱਲ ਹੈ ਤੇ ਜਿਹਦੇ ਕਰਕੇ ਇਹ ਕਾਰਵਾਈ ਹੋਈ ਹੈ ਇਹਦਾ ਮਤਲਬ ਹੈ ਆਉਂਦੇ ਦਿਨਾਂ ਨੂੰ ਕਈ ਹੋਰ ਵੀ ਇਹਦੇ ਵਿੱਚ ਫਸ ਸਕਦੇ ਨੇ ਕੇਜਰੀਵਾਲ ਸਾਹਿਬ ਹੁਣ ਕੀ ਕਰਦੇ ਨੇ ਕੀ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਹ ਨਾ ਜ਼ਰੂਰ ਹੈ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ ਅੱਗੇ ਵੱਧਦੇ ਆ ਗੱਲ ਕਰਨੀ ਆ ਅਮਰੂਦਾਂ ਦੇ ਬਾਗ ਦੇ ਉਸ ਕਪੜੇ ਦੀ ਜਾਂ ਅਮਰੂਦ ਕਪੜੇ ਨਾਲ ਜਿਹੜੀ ਮਸ਼ਹੂਰ ਹੋਈ ਹੈ ਪੰਜਾਬ ਦੇ ਵਿੱਚ ਹੁਣ ਹੋਇਆ ਕੀ ਹੈ ਪਿਛਲੇ ਸਮੇਂ ਦੇ ਦੌਰਾਨ ਇੱਕ ਬਾਗ ਘਟਾਲਾ ਹੋਇਆ ਉਹਦੇ ਵਿੱਚ ਬਹੁਤ ਸਾਰੇ ਉੱਚ ਅਫਸਰਾਂ ਦੇ ਨਾਮ ਆਏ 138 ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਇਸ ਮਾਮਲੇ 'ਚ ਤੇ ਕਹਿੰਦੇ ਆ 109 ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਤੇ 138 ਕਰੋੜ ਰੁਪਏ ਦਾ ਕਪੜਾ ਕਹਿੰਦੇ ਇਹ ਹੋਇਆ ਤੇ ਜੇਕਰ ਇੰਨਾ ਵੱਡਾ ਕਪੜਾ ਹੋ ਗਿਆ 109 ਲੋਕ ਤੇ ਉਹਦੇ ਵਿੱਚ ਕਈ ਆਈਏਐਸ ਅਫਸਰ ਤੇ ਉਹਨਾਂ ਦੀਆਂ ਪਤਨੀਆਂ ਵੀ ਸ਼ਾਮਲ ਨਹੀਂਆਂ ਤੇ ਕਿਉਂ ਨਾ ਕਿਹਾ ਜਾਵੇ ਕਿ ਇੱਥੇ ਕਿਸੇ ਨਾ ਕਿਸੇ ਦਾ ਥਾਪੜਾ ਜ਼ਰੂਰ ਹੋਣਾ ਹੁਣ ਕਮਾਲ ਦੀ ਗੱਲ ਇਹ ਹੈ ਕਿ ਜਿਸ ਥਾਂ ਤੇ ਇਹ ਸਾਰਾ ਕਪੜਾ ਦਿਖਾਇਆ ਗਿਆ ਜਾਂ ਹੋਇਆ ਉੱਥੇ ਕਹਿੰਦੇ ਆ 1 ਏਕੜ ਦੇ ਵਿੱਚ ਸਿਰਫ ਤੇ ਸਿਰਫ 132 ਬੂਟੇ ਲੱਗ ਸਕਦੇ ਸੀ ਅਮਰੁੱਦਾਂ ਦੇ ਪਰ ਇਹਨਾਂ ਨੇ ਕਮਾਲ ਹੀ ਕਰ ਦਿੱਤੀਆਂ ਨਕਲ ਵੀ ਕਹਿੰਦੇ ਹੁੰਦੇ ਹਨ ਨਾ ਅਕਲ ਨਾਲ ਵੱਜਦੀ ਹੈ ਹੁਣ ਇੱਥੇ ਜ਼ਮੀਨ ਦਾ ਮੁਆਵਜ਼ਾ ਲੈਣ ਦੇ ਲਈ ਮਾਲਕਾਂ ਨੂੰ 2000 ਤੋਂ 2500 ਬੂਟਾ ਦਿਖਾ ਕੇ ਮੁਆਵਜ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕੁਛ ਥਾਵਾਂ ਤੇ ਦਿੱਤਾ ਵੀ ਗਿਆ ਹੁਣ ਕਿੱਥੇ 1 ਏਕੜ ਵਿੱਚ ਲੱਗਦੇ ਹੈਗੇ ਆ 132 ਬੂਟੇ ਤੇ ਦਿਖਾਤੇ 2000 ਤੋਂ ਲੈ ਕੇ 2500 ਤੱਕ ਕਿਉਂ ਨਾ ਕਿਹਾ ਜਾਵੇ ਕਿ ਇਹ ਕਮਾਲੀ ਕੀਤੀ ਐ ਹੁਣ ਇਹਦੇ ਵਿੱਚ ਕਈ ਵੱਡੇ ਵੱਡੇ ਅਫਸਰ ਵੀ ਫਸੇ ਐ ਜਦੋਂ ਉਹਨਾਂ ਦੇ ਖਿਲਾਫ ਕੰਪਲੀਟ ਕੀਤੀ ਗਈ ਤਾਂ ਅਦਾਲਤ ਵਿੱਚ ਗੱਲ ਪਹੁੰਚੀ ਕੋਸ਼ਿਕ ਨੇ ਤਾਂ ਅਗਾਊਂ ਜ਼ਮਾਨਤ ਲੈ ਲਈ ਪਰ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਜਿਹੜੇ ਇਹ ਧੋਖਾ ਕੀਤਾ ਜਿੰਨੇ ਦਾ ਘਪਲਾ ਕੀਤਾ ਉਹਦੀ ਰਾਸ਼ੀ ਜਮ੍ਹਾਂ ਕਰਾ ਦਿੱਤੀ ਜਾਵੇ ਦੌੜ ਦੌੜ ਕੇ ਤਿੰਨ ਚਾਰ ਅਫਸਰ ਵੱਡੇ ਪੰਜਾਬ ਦੇ ਇਸ ਤਰ੍ਹਾਂ ਦੇ ਜਿਹਦੇ ਜਿਹਨਾਂ ਦੇ ਧਰਮ ਪਤਨੀਆਂ ਵੀ ਸ਼ਾਮਿਲ ਸੀਗੀਆਂ ਉਹਨਾਂ ਨੇ ਕਿਸੇ ਨੇ 110000 1 ਕਰੋੜ 10000 ਰੁਪਇਆ ਜਮ੍ਹਾਂ ਕਰਾ ਦਿੱਤਾ ਕਿਸੇ ਨੇ ਲੱਖਾਂ ਚ ਰੁਪਏ ਜਮਾ ਕਰਾਤੇ ਪਰ ਇਹਦਾ ਮਤਲਬ ਇਹ ਤਾਂ ਨਹੀਂਗਾ ਕਿ ਚੋਰ ਚੋਰੀ ਕਰ ਲਵੇ ਤੇ ਬਾਅਦ ਵਿੱਚ ਕਿਹਾ ਜਾਵੇ ਰਕਮ ਤੁਸੀਂ ਦੇ ਦਿਓ ਸਾਨੂੰ ਵਾਪਸ ਤੇ ਜਾਓ ਤੁਸੀਂ ਚਿੰਤਾ ਕਰਨ ਦੀ ਲੋੜ ਨਹੀਂ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਹੁਣ ਕਹਿੰਦੇ ਪਏ ਆ ਕਿ ਇਹ ਵਿਅਕਤੀ ਜਿਹੜੇ ਸੀ ਰਸੂਖਵਾਨ ਸੀਗੇ ਇਸ ਕਰਕੇ ਇਹਨਾਂ ਨੂੰ ਥੋੜੀ ਨਹੀਂ ਬਹੁਤ ਜ਼ਿਆਦਾ ਰਾਹਤ ਦਿੱਤੀ ਗਈ ਇਹ ਜਿਹੜੀਆਂ ਗੱਲਾਂ ਅੱਜ ਨਿਕਲ ਕੇ ਸਾਹਮਣੇ ਆਈਆਂ ਨੇ ਇਸ ਮਾਮਲੇ ਦੇ ਵਿੱਚ ਹੁਣ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਖਰੜ ਤੇ ਡੇਰਾਵਸੀ ਦੇ ਵਿੱਚ ਉਹ ਬਾਗਵਾਨੀ ਵਿਕਾਸ ਦੇ ਵਿੱਚ ਹੀ ਬੰਦਾ ਰਿਹਾ ਹੁਣ ਉਹ ਜਿਹੜਾ ਅਫਸਰ ਹੈ ਐਚ ਡੀਓ ਜਸਪੀ ਸਿੰਘ ਸਿੱਧੂ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਆਉਂਦੇ ਦਿਨਾਂ ਨੂੰ ਗ੍ਰਿਫਤਾਰੀਆਂ ਹੋਰ ਵੀ ਵੱਸ ਸਕਦੀਆਂ ਨੇ ਇਸ ਮਾਮਲੇ ਵਿੱਚ ਹੋ ਸਕਦਾ ਪੰਜਾਬ ਦੇ ਕੁਝ ਅਫਸਰ ਸ਼ਾਹੀ ਵੱਡੇ ਅਫਸਰ ਵੀ ਜਿਹੜੇ ਸ਼ਾਮਲ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਇੰਨਾ ਠੰਡਾ ਠੰਡਾ ਕੰਮ ਕਿਉਂ ਰੱਖਿਆ ਠੰਡੇ ਵਸਤੇ ਕਿਉਂ ਪਾਇਆ ਇਹ ਮਸਲਾ ਸਵਾਲ ਤਾਂ ਇਹ ਵੀ ਉੱਠਦਾ ਸੋ ਦੇਖਦੇ ਆਉਣ ਵਾਲੇ ਸਮੇਂ 'ਚ ਗੱਲ ਕਿੱਧਰ ਨੂੰ ਜਾਂਦੀ ਹੈ ਕਹਿੰਦੇ ਆ ਕਿ ਜਿਹੜੇ ਬੰਦੇ ਨੂੰ ਅੱਜ ਗ੍ਰਿਫਤਾਰ ਕੀਤਾ ਹੈ 2004 ਤੋਂ ਲੈ ਕੇ 2019 ਤੱਕ ਇੱਕ ਹੀ ਥਾਂ ਤੇ ਬਦਲੀ ਰਹੀ ਇਹ ਪੰਜਾਬ ਦੇ ਵਿੱਚ ਕਈ ਅਫਸਰਾਂ ਦੀ ਬਦਲੀ ਹੋ ਜਾਂਦੀ ਹੈ ਕਈ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਈ-ਕਈ ਚਿਰ ਬਦਲਦੇ ਨਹੀਂ ਜਿਹੜੇ ਨਹੀਂ ਬਦਲਦੇ ਉਹਨਾਂ ਦਾ ਕਾਰਨ ਕੀ ਹੁੰਦਾ ਕਈ ਇਸ ਤਰ੍ਹਾਂ ਦੇ ਹੁੰਦੇ ਬਦਲੀ ਹੋ ਜਾਂਦੀ ਹੈ ਆ ਇੱਕ ਕਸਬੇ ਦੇ ਵਿੱਚ ਇੱਕ ਸੀਗਾ ਬੀਡੀਪੀਓ ਅਫਸਰ ਉਹ ਕਹਿੰਦੇ ਆ ਕਿ ਹਰ ਸਾਲ ਜਦੋਂ ਕਾਂਗਰਸੀ ਸਰਕਾਰ ਆਉਂਦੀ ਸੀ ਉਸੇ ਕਸਬੇ ਦੇ ਵਿੱਚ ਰਹਿੰਦਾ ਸੀਗਾ ਤੇ ਜੇਕਰ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਹੋਰ ਹੋਣੇ ਆ ਇਹਦਾ ਮਤਲਬ ਕੋਈ ਨਾ ਕੋਈ ਸਿਆਸੀ ਥਾਪੜਾ ਤਾਂ ਹੁੰਦਾ ਹੀ ਹੈ ਜਾਂ ਸਿਆਸੀ ਥਾਪੜਾ ਹੀ ਹੁੰਦਾ ਜਾਂ ਚੜਾਵਾ ਵੀ ਚੜਦਾ ਕੁਝ ਵੀ ਹੋ ਸਕਦਾ ਐਥੇ ਤਾਂ ਕਈ ਤਹਿਸੀਲਾਂ ਦੇ ਵਿੱਚੋਂ ਵੀ ਜਦੋਂ ਖਬਰ ਆਉਂਦੀ ਹੈ ਕਿ ਭਾਈ ਰਜਿਸਟਰੀ ਤਾਂ ਹੋ ਜੂਗੀ ਤੁਹਾਡੀ ਪਰ ਸਾਹਿਬ ਕਹਿੰਦੇ ਆ ਔਖਾ ਹੋ ਜੂਗਾ ਕੰਮ ਕਾਰਵਾਈ ਨਾ ਹੋ ਜੇ ਹੁਣ ਸਾਹਿਬ ਕਹਿੰਦੇ ਆ ਕਿ ਨਹੀਂ ਕੀ ਪਤਾ ਪਰ ਸਾਹਿਬ ਤੱਕ ਜਾਂਦਾ ਕੁਝ ਜਾਂ ਨਹੀਂ ਜਾਂਦਾ ਇਹ ਵੀ ਨਹੀਂ ਪਤਾ ਪਰ ਡੱਬੇ ਜ਼ਰੂਰ ਜਾਂਦੇ ਆ ਉਸ ਡੱਬੇ ਵਿੱਚ ਭਾਵੇਂ ਮਠਿਆਈ ਨਹੀਂ ਹੁੰਦੀ ਉਸ ਡੱਬੇ ਦੇ ਵਿੱਚ ਭਾਵੇਂ ਮਠਿਆਈ ਨਾ ਹੋਵੇ ਪਰ ਕਾਗਜ਼ ਦੀ ਉਸ ਕੀਮਤ ਬਹੁਤ ਹੁੰਦੀ ਨੋਟਾਂ ਦੀ ਜਿਹੜੇ ਉਹਨਾਂ ਤੱਕ ਪਹੁੰਚਦੇ ਐ ਸਵਾਲ ਕਈ ਵਾਰ ਉੱਠੇ ਨੇ ਕਾਰਵਾਈ ਕੋਈ ਬਹੁਤੀ ਹੁੰਦੀ ਨਹੀਂ ਅੱਗੇ ਵੱਧਦੇ ਆ ਗੱਲ ਕਰਨੀ ਆ ਕਾਂਗਰਸ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੀ ਬਾਜਵਾ ਸਾਹਿਬ ਨੇ ਅੱਜ ਕੇਂਦਰ ਸਰਕਾਰ ਤੇ ਕੁਝ ਸਵਾਲ ਖੜੇ ਕੀਤੇ ਨੇ ਪ੍ਰੈਸ ਕਾਨਫਰੰਸ ਕੀਤੀ ਐ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਸਵਾਲ ਖੜੇ ਕੀਤੇ ਜਾਂਦੇ ਨੇ ਪਰ ਇਸ ਵਾਰ ਉਹਨਾਂ ਨੇ ਕੇਂਦਰ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਬਹੁਤ ਸਾਰੀਆਂ ਨੀਤੀਆਂ ਦਾ ਐਲਾਨ ਕੀਤਾ ਜਾ ਰਿਹਾ ਹੈ ਨੌਜਵਾਨਾਂ ਨੂੰ ਨੌਕਰੀ ਦੇ ਲਾਰੇ ਲਗਾਏ ਜਾ ਰਹੇ ਨੇ ਪਰ ਅਜੇ ਤੱਕ ਉਹਨਾਂ ਦੇ ਨਾਲ ਵਾਦਾ ਪੂਰਾ ਨਹੀਂ ਕੀਤਾ ਜਾ ਰਿਹਾ ਇਹ ਕਿਉਂ ਹੈ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਬਹੁਤ سارے ਸਵਾਲ ਖੜੇ ਕੀਤੇ ਨੇ ਕੀ ਕੀ ਕਹੇ ਕਿ ਨਜ਼ਰ ਪਹਿਲਾਂ ਉਧਰ ਮਾਰਦੇ ਆ ਜਿਹੜਾ ਸਾਡਾ ਬੈਸਟ ਬੀਜ ਹੈ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਐਂਡ ਸਪੈਸ਼ਲੀ ਜਿਹੜੇ ਕੁਆਲੀਫਾਈਡ ਉਹ ਸਾਰੇ ਦੇਸ਼ ਛੱਡ ਛੱਡ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਬਹੁਤ ਵੱਡੀਆਂ ਮਜਬੂਰੀਆਂ ਦੇ ਬਾਵਜੂਦ ਆਪਣੀਆਂ ਜ਼ਮੀਨਾਂ ਵੇਚ ਕੇ ਤੁਸੀਂ ਪਿੱਛੇ ਵੇਖਿਆ ਹੀ ਹੈ ਨਕਾਰਾਗੂਆ ਵਰਗੀਆਂ ਜਗ੍ਹਾ 'ਚ ਜੰਗਲਾਂ ਦੇ ਵਿੱਚ ਕਮਿਸ਼ਨ ਏਜੰਟਸ ਦਾ ਸ਼ਿਕਾਰ ਹੁੰਦੇ ਹੋਏ ਲੱਖਾਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਵੇਚ ਕੇ ਜਿਹੜੀ ਇੱਕ ਸਟੱਡੀ ਆਈ ਹੈ ਲੇਟੈਸਟ ਯੂਨੀਵਰਸਿਟੀ ਨੇ ਕੇਸ ਸਟੱਡੀ ਕੀਤਾ ਹੈ ਕਿ ਪੰਜਾਬ ਦੇ ਵਿੱਚ ਹਰ ਸਾਲ ਤਕਰੀਬਨ 35 ਤੋਂ 40 ਹਜ਼ਾਰ ਕਰੋੜ ਦੇ ਪੰਜਾਬ ਦੇ ਐਸੈਟਸ ਵੇਚ ਕੇ ਕਈ ਹਜ਼ਾਰਾਂ ਕਰੋੜਾਂ ਦੇ ਕਰਜ਼ੇ ਲੈ ਕੇ ਬੈਂਕਾਂ ਤੋਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੋਂ ਲੋਕਾਂ ਕੋ ਕਮਿਸ਼ਨ ਏਜੰਟਸ ਤੋਂ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰਲੇ ਮੁਲਕਾਂ ਜਾਂਦੇ ਜਿਹੜੀ ਸੈਂਟਰ ਦੀ ਸਰਕਾਰ ਹੈ ਜਿਹਨੇ ਪ੍ਰੋਮਿਸ ਕੀਤਾ ਸੀ ਪਿਛਲੇ 10 ਸਾਲ ਚ ਲਗਾਤਾਰ ਭਾਜਪਾ ਦੀ ਸਰਕਾਰ ਨੇ ਕਿ 2 ਕਰੋੜ ਨੌਕਰੀਆਂ ਸੀ ਹਰ ਸਾਲ ਦਿਆ ਕਰਨ ਉਹਦਾ ਮਤਲਬ ਹੋਇਆ ਕਿ ਪਿਛਲੇ 10 ਸਾਲਾਂ 'ਚ 20 ਕਰੋੜ ਨੌਕਰੀਆਂ ਮਿਲ ਜਾਣੀਆਂ ਚਾਹੀਦੀਆਂ ਸੀ ਤੁਸੀਂ ਵੇਖੋ ਕਿ ਬੇਰੋਜ਼ਗਾਰੀ ਇੱਥੋਂ ਤੱਕ ਪਹੁੰਚ ਗਈ ਹੈ ਕੋਈ ਨੌਜਵਾਨ ਇੱਥੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੀ ਵੀ ਸੇਮ ਗੱਲ ਪੰਜਾਬ ਦੇ ਵਿੱਚ ਜਿਹਨੂੰ ਡੌਂਕੀ ਰੂਟ ਕਹਿੰਦੇ ਨੇ ਆਪਣੀ ਜਾਨ ਤੇ ਖੇਡ ਕੇ ਮੈਕਸੀਕੋ ਦੀਆਂ ਦਵਾਰਾਂ ਟੱਪ ਕੇ ਅਮਰੀਕਾ ਵਾਲੀਆਂ ਉਹਦਾ ਰੇਟ 50 ਲੱਖ ਰੁਪਏ ਜਿਹੜੇ ਨੌਜਵਾਨ ਬੱਚੇ ਹਰਿਆਣੇ ਚੋਂ ਜਾ ਰਹੇ ਨੇ ਉਹ ਪੰਜਾਬ ਤੋਂ ਵੀ ਵੱਡਾ ਨੰਬਰ ਹੁਣ ਜਾਣਾ ਸ਼ੁਰੂ ਹੋ ਗਿਆ। ਉੱਥੇ ਰੇਟ 60 ਤੋਂ 65 ਲੱਖ ਰੁਪਈਆ ਚੱਲਦੇ। ਤੋਂ ਮੈਂ ਸਮਝਣਾ ਇਹ ਨੌਜਵਾਨ ਬੱਚਿਆਂ ਨੂੰ ਵੀ ਅਸੀਂ ਗੱਲ ਕਹੀ ਹੈ ਇਹ ਤਗੜੇ ਹੋ ਕੇ ਇਸ਼ੂ ਸਾਰ ਇੰਪੋਰਟੈਂਟ ਇਸ਼ੂ। ਠੀਕ ਹੈ ਸੈਂਟਰ ਸਰਕਾਰ ਇਸ ਕਿਸਮ ਦੇ ਇਸ਼ੂ ਅੱਗੇ ਲੈ ਕੇ ਆ ਰਹੀ ਹੈ ਜਿਨ੍ਹਾਂ ਇਸ਼ੂਜ਼ ਦੇ ਨਾਲ ਹਰ ਰੋਜ਼ ਦੀ ਜਿਹੜੀ ਜ਼ਿੰਦਗੀ ਹੈ ਜਿਹੜੀ ਪ੍ਰਭਾਵਿਤ ਹੋ ਰਹੀ ਹੈ ਉਹਨਾਂ ਦਾ ਉਹਦੇ ਨਾਲ ਕੋਈ ਜ਼ਿਆਦਾ ਸਬੋਕਾਰ ਹੈ ਨਹੀਂ ਪ੍ਰਤਾਪ ਸਿੰਘ ਬਾਜਵਾ ਹਰੋਂ ਤੁਸੀਂ ਸੁਣਿਆ ਸਮੇਂ-ਸਮੇਂ ਤੇ ਬਹੁਤ ਸਾਰੇ ਸਵਾਲ ਉਹਨਾਂ ਨੇ ਪਹਿਲੇ ਵੀ ਖੜੇ ਕੀਤੇ ਆ ਪਰ ਜਿਸ ਹਿਸਾਬ ਦੇ ਨਾਲ ਲੋਕ ਸਭਾ ਦੇ ਚੋਣਾਂ ਦੇ ਅਧਿਕਾਰੀਆਂ ਤੇ ਸਿਆਸਤਦਾਨ ਹੁਣ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਜੋ ਕੁਝ ਵੀ ਪਿਛਲੇ ਸਮੇਂ ਦੇ ਦੌਰਾਨ ਹੋਇਆ ਲੋਕਾਂ ਸਾਹਮਣੇ ਰੱਖ ਰਿਹਾ ਇਹ ਵੀ ਇੱਕ ਪ੍ਰਚਾਰ ਕਰਨ ਦਾ ਤਰੀਕਾ ਹੀ ਹੈ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕਿੰਨਾ ਕੁ ਕਾਮਯਾਬ ਹੁੰਦੀ ਹੈ ਕਾਂਗਰਸ ਆਪਣੀਆਂ ਨੀਤੀਆਂ ਲੋਕਾਂ ਸਾਹਮਣੇ ਰੱਖਣ ਦੇ ਲਈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਚੰਗਾ ਪਸੰਦ ਆਇਆ ਹੋਣਾ। ਮੈਨੂੰ ਨਵਜੀਤ ਨੂੰ ਦੇਵ ਇਜਾਜ਼ਤ। ਹੋਰਾਂ ਪ੍ਰੋਗਰਾਮਾਂ ਲਈ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ